ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਹਰ ਮੈਦਾਨ ਫਤਿਹ, ਫਤਿਹ ਟੀ ਵੀ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਉਹਨਾਂ ਸ਼ਖਸੀਅਤਾਂ ਦੀ ਇੰਟਰਵਿਊ ਕਰਦੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣਾ ਨਾਮਣਾ ਖੱਟਿਆ ਹੈ। ਅਜਿਹੀ ਹੀ ਸ਼ਖਸੀਅਤ ਪ੍ਰੋਫੈਸਰ ਪੀਟਰ ਵਿਰਦੀ ਜੀ ਇਸ ਸਮੇਂ ਸਾਡੇ ਨਾਲ ਹਨ। ਜਾਣਾਂਗੇ ਇਹਨਾਂ ਨੇ ਕਿਵੇਂ ਸੰਸਾਰ ਦੇ ਵਿੱਚ ਆਪਣਾ ਨਾਮ ਖੱਟਿਆ, ਕਿਹੜੇ ਫੀਲਡ ਤੋਂ ਹਨ, ਇਹ ਸਾਰਾ ਕੁਝ ਪ੍ਰੋਫੈਸਰ ਪੀਟਰ ਵਿਰਦੀ ਜੀ ਕੋਲ ਹੀ ਜਾਣਾਂਗੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਚਾਹਾਂਗੀ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ, ਕਿਹੜੀ ਧਰਤੀ ਤੋਂ ਬਿਲੋਂਗ ਕਰਦੇ ਹੋ ਤੁਸੀਂ ਅਤੇ ਤੁਹਾਡੀ ਜਿਹੜੀ ਬੇਸਿਕ ਸਟੱਡੀ ਹੈ ਉਹ ਕਿੱਥੋਂ ਦੀ ਤੁਸੀਂ ਲਈ? ਮੇਰਾ ਜਨਮ ਇੰਗਲੈਂਡ ਦਾ ਜੀ। ਫਾਦਰ ਸਾਹਿਬ ਇੰਗਲੈਂਡ ਚਲ ਗਏ ਸੀ ਅਰਲੀ 50s ਅਤੇ ਉਹਨਾਂ ਦੀ ਵੈਡਿੰਗ ਵੀ ਉੱਥੇ ਹੋਈ ਸੀ। ਚਾਚਾ ਜੀ ਸੀ, ਉਹ ਗਏ ਸੀ, ਬਾਅਦ ਫਾਦਰ ਸਾਹਿਬ ਗਏ ਸੀ। ਉਹ ਛੋਟਾ ਪਿੰਡ ਹੈ, 60-70 ਘਰ ਹੈ। ਪੰਜਾਹ ਸਾਲ, ਮਤਲਬ 1950 ਦੀ ਗੱਲ ਕਰ ਰਹੇ ਹੋ? ਮਿਡ 1950s 'ਚ। ਬੜਾ ਲੰਬਾ ਟਾਈਮ ਹੈ ਅਗਰ ਅੱਜ ਦੇ ਟਾਈਮ 'ਚ ਅਸੀਂ ਉਹਨੂੰ ਕੰਸਰਨ ਕਰੀਏ ਤਾਂ। ਅੱਜ ਅਸੀਂ ਕਹਿ ਰਹੇ ਹਾਂ ਕਿ ਬੱਚੇ ਬਾਹਰ ਜਾ ਰਹੇ ਨੇ, 1950 ਮਤਲਬ ਬੜਾ ਅੱਛੇ ਟਾਈਮ 'ਚ ਜਿਹੜੇ ਉਹ ਬਾਹਰ ਜਾ ਕੇ ਸੈਟਲ ਹੋ ਗਏ। ਉਦੋਂ ਤਾਂ ਕੋਈ ਵੀਜ਼ੇ ਦੀ ਲੋੜ ਨਹੀਂ ਸੀਗੀ, ਸਾਰਾ ਕੁਛ ਔਨ ਅਰਾਈਵਲ ਹੀ ਮਿਲਦਾ ਸੀ। ਅੱਛਾ, ਵੀਜ਼ੇ ਦੀ ਵੀ ਜ਼ਰੂਰਤ ਨਹੀਂ, ਕੋਈ ਵੀਜ਼ੇ ਦੀ ਜ਼ਰੂਰਤ ਨਹੀਂ ਸੀ, ਕੋਈ ਕਈ ਤਾਂ ਪਾਸਪੋਰਟਾਂ ਦੀ ਜ਼ਰੂਰਤ ਨਹੀਂ, ਇੱਕ ਪਾਸਪੋਰਟ ਦੇ ਉੱਤੇ ਬੱਚੇ ਦਾ ਨਾਂ ਲਿਖਾ ਕੇ ਤੁਸੀਂ ਲੈ ਜਾਣਾ। ਅੱਛਾ, ਹਾਂਜੀ। ਤੁਹਾਡਾ ਬਰਥ ਜਿਹੜਾ ਉਹ ਇੰਗਲੈਂਡ ਦੀ ਧਰਤੀ? ਇੰਗਲੈਂਡ ਦਾ ਜੀ, ਬਰਮਿੰਗਮ ਸ਼ਹਿਰ। ਅੱਛਾ, ਮੇਰਾ ਜਨਮ ਹੈ। ਵਾਹ, ਅਤੇ ਤੁਹਾਡਾ ਬਰਥ ਜਿਹੜਾ ਇੰਗਲੈਂਡ ਦੇ ਹੋਣ ਦੇ ਬਾਵਜੂਦ ਜਿਹੜੇ ਤੁਹਾਡੀ ਪੰਜਾਬੀ ਐਕਸੈਂਟ ਹੈਗਾ ਭਾਸ਼ਾ ਦੇ ਵਿੱਚ, ਬਹੁਤ ਵਧੀਆ ਹੈ। ਕੀ ਕਾਰਨ ਹੈ ਕਿ ਮਤਲਬ ਤੁਸੀਂ ਪੰਜਾਬੀ ਇੰਨੀ ਵਧੀਆ ਕਿਵੇਂ ਸਿੱਖ ਲਈ? ਕੋਈ ਜੀ, ਪੰਜਾਬ ਸਾਨੂੰ ਪਹਿਲਾਂ ਤਾਂ ਇੰਗਲਿਸ਼ ਬੋਲਣ ਨੂੰ ਮਨਾ ਸੀ ਘਰ, ਹਾਂਜੀ, ਸਾਨੂੰ ਅਲਾਊਡ ਨਹੀਂ ਸੀਗਾ ਘਰ ਇੰਗਲਿਸ਼ ਬੋਲਣੀ। ਹਾਂਜੀ, ਸੋ ਸਾਨੂੰ ਇਹ ਦੱਸਿਆ ਗਿਆ ਸੀ ਤਾਂ ਤੁਸੀਂ ਜਦੋਂ ਘਰ ਆ ਗਏ ਇੰਗਲਿਸ਼ ਬਾਹਰ ਅਤੇ ਪੰਜਾਬੀ ਬੋਲਣੀ ਹੈ। ਸੋ ਸਾਡੇ ਕੋਲ ਕੋਈ ਚੋਇਸ ਹੀ ਨਹੀਂ ਸੀਗਾ ਪੰਜਾਬੀ ਬੋਲਣ ਤੋਂ ਬਗੈਰ ਘਰ। ਉਹਨਾਂ ਟਾਈਮਾਂ 'ਚ ਪੰਜਾਬੀ ਫਿਲਮਾਂ ਵੀ ਬਹੁਤ ਘੱਟ ਸੀ। ਹਾਂਜੀ, ਅਤੇ ਫਿਰ ਇੰਡੀਆ ਰੈਗੂਲਰ ਆਉਣਾ, ਪੰਜਾਬ 'ਚ ਚੱਕਰ ਲੱਗਣਾ, ਹਾਂਜੀ, ਅਤੇ ਪੰਜਾਬ ਦੇ ਨਾਲ ਇੰਟਰੈਕਸ਼ਨ, ਪੰਜਾਬੀਆਂ ਦੇ ਨਾਲ, ਪੰਜਾਬੀਅਤ ਦੇ ਨਾਲ ਇੰਟਰੈਕਸ਼ਨ, ਅਤੇ ਫਿਰ ਉਹ ਪ੍ਰਭਾਵ ਤਾਂ ਪੈ ਜਾਂਦਾ। ਬਿਲਕੁਲ, ਇੰਗਲੈਂਡ ਦੀ ਧਰਤੀ 'ਤੇ ਤੁਹਾਡਾ ਜਨਮ ਹੈ, ਫਿਰ ਉਹਦੇ ਬਾਅਦ ਤੁਸੀਂ ਲੰਡਨ ਜਿਹੜਾ ਹੈ? ਹਾਂਜੀ, ਫਿਰ ਬਰਮਿੰਗਮ ਦੇ 'ਚ ਜਨਮ ਹੈ। ਬਰਮਿੰਗਮ ਇੱਕ ਸ਼ਹਿਰ ਹੈ, ਇੰਗਲੈਂਡ ਤਾਂ ਕੰਟਰੀ ਹੈ, ਅਤੇ ਫਿਰ ਉਹਦੇ ਬਾਅਦ 'ਚ ਬਰਮਿੰਗਮ ਤੋਂ ਬਾਅਦ ਮੈਂ ਨੌਰਥ ਮੈਨਚੈਸਟਰ ਸ਼ਿਫਟ ਹੋ ਗਿਆ। ਅੱਛਾ ਜੀ, ਅਤੇ ਉੱਥੇ ਸਾਡੇ ਨਰਸਿੰਗ ਹੋਮ ਸੀ, ਉਹ ਚਲਾਏ, ਉਹ ਤੋਂ ਬਾਅਦ ਫਿਰ ਮੈਂ ਲੰਡਨ ਚਲਾ ਗਿਆ ਸੀ। ਤਕਰੀਬਨ 1998 ਦੇ ਵਿੱਚ ਮੈਂ ਲੰਡਨ ਸ਼ਿਫਟ ਹੋ ਗਿਆ ਸੀ। ਅੱਛਾ, ਨੋਰਮਲੀ ਅਸੀਂ ਦੇਖਦੇ ਹਾਂ ਕਿ ਹਰ ਇਨਸਾਨ ਦੀ ਲਾਈਫ 'ਚ ਇੱਕ ਸਟਰਗਲ ਪੀਰੀਅਡ ਜ਼ਰੂਰ ਹੁੰਦਾ ਹੈ। ਹਾਂਜੀ, ਨਾ ਅੱਜ ਤੁਸੀਂ ਜਿਸ ਉਚਾਈ 'ਤੇ ਪਹੁੰਚੇ ਹੋ ਇਹਦੇ ਪਿੱਛੇ ਵੀ ਕੁਛ ਸਟਰਗਲ ਹੈ? ਦੇਖੋ ਜੀ, ਸਟਰਗਲ ਤਾਂ ਹਲੇ ਵੀ ਚੱਲ ਰਿਹਾ, ਅਤੇ ਉਚਾਈ 'ਚ ਮੇਰੇ ਹਿਸਾਬ ਨਾਲ ਥੱਲੇ ਕਿਤੇ ਪਹੁੰਚੇ ਨੇਗੇ। ਹਾਂਜੀ, ਅਤੇ ਸਵੇਰ ਨੂੰ ਉੱਠ ਕੇ ਉਹੀ ਕੰਮ ਕਰੀਦਾ ਜੋ 10 ਸਾਲ ਪਹਿਲਾਂ ਕਰੀਦੇ, ਉਹੀ ਦਿਹਾੜੀ ਲਾਈਦੀ ਆ, ਉਹੀ ਸਿਸਟਮ ਕਰੀਦਾ, ਉਹੀ ਰੂਟੀਨ ਉਹੀ ਹੈ। ਸੋ ਸਟਰਗਲ ਉਹੀ ਹੈ, ਸੋ ਐਵਰੀ ਡੇ ਇਜ਼ ਅ ਨਿਊ ਸਟਰਗਲ। ਮੈਂ ਚਾਹਾਂਗੀ ਜ਼ਰੂਰ ਤੁਸੀਂ ਆਪਣਾ ਸਟਰਗਲ ਜਿਹੜਾ ਹੈ, ਜਿਵੇਂ ਤੁਸੀਂ ਰੂਟੀਨ ਹੈ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ, ਕਿਉਂਕਿ ਅੱਜ ਦੇ ਬੱਚੇ ਜਿਹੜੇ ਨੇ ਉਹ ਚਾਹੁੰਦੇ ਨੇ ਜੰਮਦਿਆਂ ਹੀ ਸਾਡੇ ਮੂੰਹ 'ਚ ਸਿਲਵਰ ਸਪੂਨ ਹੋਣੀ ਚਾਹੀਦੀ ਹੈ। ਹਾਂਜੀ, ਪਰ ਜਿਹੜੇ ਤੁਸੀਂ ਸਟਰਗਲ ਦੀ ਗੱਲ ਕਰ ਰਹੇ ਹੋ ਉਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਮੈਸੇਜ ਵੀ ਦਿੱਤਾ ਹੈ ਕਿ ਸਾਨੂੰ ਹਰ ਟਾਈਮ ਜਿਹੜੀ ਹੈ ਲਾਈਫ ਸਟਾਈਲ ਜਿਹੜਾ ਗੁਰਬਾਣੀ ਹੈ ਉਹਨੂੰ ਫੋਲੋ ਕਰਦੇ ਰਹਿਣਾ ਚਾਹੀਦਾ। ਤੁਸੀਂ ਕਿਹੜਾ ਰੂਟੀਨ ਫੋਲੋ ਕਰਦੇ? ਮੇਰੀ ਰੂਟੀਨ ਬਹੁਤ ਸਿੰਪਲ ਹੈ ਜੀ, ਮੈਂ ਸਵੇਰ ਨੂੰ ਤਕਰੀਬਨ 5 ਵਜੇ ਉੱਠਦਾ। ਹਾਂਜੀ, ਅਤੇ ਉੱਠ ਕੇ ਇਸ਼ਨਾਨ ਕਰਕੇ ਅਤੇ ਪਾਠ ਕਰੀਦਾ। ਹਾਂਜੀ, ਪਾਠ ਕਰਕੇ ਅਤੇ ਫਿਰ ਮੈਂ ਵਟਸਐਪ, ਹੁਣ ਗਰੁੱਪਾਂ ਸੈੱਟ ਹੋ ਗਈਆਂ ਅਤੇ ਉਹਦੇ ਉੱਤੇ ਫਿਰ ਮੈਂ ਇੱਕ ਸ਼ਬਦ ਭੇਜਦਾ ਹੁੰਦਾ ਤਕਰੀਬਨ 350-400 ਬੰਦੇ ਨੂੰ। ਅੱਗੇ ਲਿਸਟ ਵੱਡੀ ਸੀਗੀ, ਫਿਰ ਵਟਸਐਪ ਨੇ ਥੋੜ੍ਹਾ ਜਿਹਾ ਚੇਂਜ ਕਰਤਾ, ਲੋ ਤੁਸੀਂ 5 ਤੋਂ ਜ਼ਿਆਦਾ ਨਹੀਂ ਭੇਜ ਸਕਦੇ। ਹਾਂਜੀ, ਅਤੇ ਫਿਰ ਮੈਂ 5-5 ਕਰਕੇ
ਰੋਜ਼ ਭੇਜਣਾ ਅਤੇ 450 ਬੰਦੇ ਨੂੰ ਤਕਰੀਬਨ ਘੰਟਾ ਡੇਢ ਘੰਟਾ ਲੱਗ ਜਾਣਾ ਡੇਲੀ। ਬਿਲਕੁਲ। ਅਤੇ ਫਿਰ ਉਹ ਸਿਸਟਮ ਹੁਣ ਚੇਂਜ ਹੋਇਆ ਤਾਂ ਤੁਸੀਂ ਮੀਡੀਆ ਡਾਕੂਮੈਂਟ ਭੇਜ ਸਕਦੇ ਹੋ। ਹੁਣ ਮੈਂ ਮੀਡੀਆ ਫਾਈਲ ਭੇਜਦਾ, ਉਹ ਮੇਰਾ ਇੱਕ ਡੇਲੀ ਰੂਟੀਨ ਹੈ। ਉਹ ਮੈਂ ਨਾ ਭੇਜਾਂ ਅਤੇ ਮੈਨੂੰ ਸਾਹਮਣੇ ਉਹ ਮੈਸੇਜ ਆਉਣ ਲੱਗ ਪੈਂਦੇ ਆ, ਭਾਅ ਜੀ ਸ਼ਬਦ ਭੇਜੋ, ਕਰਕੇ ਉਹ ਬੰਦਿਆਂ ਨੇ ਗਾਂ ਫਿਰ ਆਪਣੀ ਫੈਮਿਲੀ ਗਰੁੱਪ ਸੈੱਟ ਕੀਤੀ ਹੈ। ਉਹਨਾਂ ਨੇ ਫਿਰ ਗਾਂ ਅੱਗੇ ਸਿਰਫ ਇੱਕ ਸ਼ਬਦ ਭੇਜਦਾ, ਮੈਂ ਇਹ ਨਿਕਲ ਜੀ ਇਕੱਠੇ 10 ਰੋਜ਼ ਦਾ ਇੱਕ ਸ਼ਬਦ ਸਵੇਰ ਨੂੰ 5:30-6 ਵਜੇ ਮੇਰਾ ਡੇਲੀ ਸ਼ਬਦ। ਉਹ ਕੁਝ ਪਾਰਟਿਕੂਲਰ ਸ਼ਬਦ ਹੈ ਜਾਂ ਫਿਰ ਰੋਜ਼ ਤੁਸੀਂ ਉਸ ਸ਼ਬਦ ਨੂੰ ਚੇਂਜ ਵੀ ਕਰਦੇ ਹੋ? ਡੇਲੀ ਚੇਂਜ ਹੁੰਦਾ ਜੀ। ਅੱਛਾ। ਡੇਲੀ ਚੇਂਜ ਹੁੰਦਾ, ਡਿਫਰੈਂਟ ਰਾਗ ਹੁੰਦੇ ਆ, ਡਿਫਰੈਂਟ ਗ੍ਰੰਥੀ ਜਾਂ ਡਿਫਰੈਂਟ ਰਾਗੀ ਆ, ਮਿਕਸ ਹੁੰਦਾ, ਬਹੁਤ ਜ਼ਿਆਦਾ ਮਿਕਸ ਹੁੰਦਾ ਅਤੇ ਵਰਾਇਟੀ ਬਹੁਤ ਹੁੰਦੀ ਆ। ਜਿਨ੍ਹਾਂ ਦੇ ਕੋਲ ਹੈ ਉਹ ਉਹਨਾਂ ਦੇ ਕੋਲ ਤਾਂ ਕਲੈਕਸ਼ਨ ਹੀ ਬਹੁਤ ਵਧੀਆ ਹੋ ਗਿਆ, ਅਤੇ ਉਹ ਵੱਖਰੇ ਵੱਖਰੇ ਹੁੰਦੇ ਆ। ਸੋ ਜਸਟ ਇੱਕ ਆਡੀਓ ਮੈਸੇਜ ਜਿਹੜਾ ਤੁਸੀਂ ਡਿਲੀਵਰ ਕਰਦੇ ਹੋ ਸਾਰਿਆਂ ਨੂੰ? ਹਾਂਜੀ, ਕੀਰਤਨ ਹੁੰਦਾ ਜੀ, ਸ਼ਬਦ ਕੀਰਤਨ ਹੁੰਦਾ ਸਵੇਰ ਦਾ, 7-8 ਮਿੰਟ ਦਾ, 10 ਮਿੰਟ ਦਾ। ਬਿਲਕੁਲ। ਮੈਂ ਜ਼ਿਆਦਾ ਲੰਬਾ ਨਹੀਂ ਭੇਜਦਾ, ਕਰਕੇ ਮੈਂ ਉਹ ਹਰ ਇੱਕ ਬੰਦਾ ਸਵੇਰ ਨੂੰ ਆਪਣੀ ਦੌੜ ਭੱਜ ਹੁੰਦਾ, ਜਦੋਂ 20-25 ਮਿੰਟ ਦੇਖ ਲੈਂਦੇ ਉਹ ਪਲੇ ਨਹੀਂ ਕਰਦੇ। ਬਿਲਕੁਲ, ਗੱਲ ਠੀਕ ਹੈ। ਉਹ ਕਹਿੰਦੇ ਬਾਅਦ 'ਚ ਦੇਖਾਂਗੇ, ਉਹ 7-8 ਮਿੰਟ ਦਾ ਉਹ ਤਿਆਰ ਹੁੰਦੇ ਹੁੰਦੇ ਉਹ ਪਲੇ ਕਰ ਲੈਂਦੇ ਨੇ। ਬਿਲਕੁਲ, ਮਤਲਬ ਇੱਕ ਸ਼ਬਦ ਜਿਹੜਾ ਤੁਸੀਂ ਮਾਰਨਿੰਗ 'ਚ ਸਾਰਿਆਂ ਨੂੰ ਆਪਣੇ ਸੋਸ਼ਲ ਨੈਟਵਰਕ ਦੇ ਥਰੂ ਸੈਂਡ ਕਰ ਦਿੰਦੇ? ਭੇਜ ਦਿੰਦਾ ਜੀ। ਉਹ ਤੋਂ ਬਾਅਦ ਫਿਰ ਮੈਂ ਜਿੰਮ ਜਾਂਦਾ, ਜਿੰਮ ਤੋਂ ਬਾਅਦ ਆ ਕੇ ਬੱਚਿਆਂ ਨੂੰ ਸਕੂਲ ਛੱਡਦਾ, ਉਹ ਤੋਂ ਘਰ ਆ ਕੇ ਫਿਰ ਮੈਂ ਵਾਈਫ ਦੇ ਨਾਲ ਬ੍ਰੈਕਫਾਸਟ ਕਰਦਾ, ਅਤੇ ਉਹਦੇ ਵਿੱਚ ਘੰਟਾ ਕੁ ਮਿਲਦਾ ਸਾਨੂੰ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨ ਦਾ। ਉਹਨੂੰ ਮੈਂ ਕੁਆਲਿਟੀ ਟਾਈਮ ਸੱਦਾ, ਜਿਹੜਾ ਜਿੰਮ ਤੋਂ ਆ ਕੇ ਬੱਚਿਆਂ ਨੂੰ ਸਕੂਲ ਛੱਡਣਾ ਉਹ ਇੱਕ ਕੁਆਲਿਟੀ ਟਾਈਮ ਹੈ। ਸਾਡਾ ਸਕੂਲ ਲੱਗੇ ਹੀ ਆ 10 ਮਿੰਟ ਦਾ, 7-8 ਮਿੰਟ ਦਾ, ਪਰ ਅਸੀਂ ਸਵੇਰ ਨੂੰ ਪਹਿਲਾਂ ਗੱਡੀ 'ਚ ਬੈਠਿਆਂ ਨੇ ਪਹਿਲੀ ਪੌੜੀ ਦਾ ਪਾਠ ਕਰਨਾ, ਫਿਰ ਬੱਚਿਆਂ ਦੇ ਨਾਲ, ਅਤੇ ਫਿਰ ਨਾਮ ਸਿਮਰਨ, ਫਿਰ ਜਕਾਰੇ ਛੱਡਣੇ, ਅਤੇ ਫਿਰ ਇੱਕ ਪੁਆਇੰਟ ਲਾਏ ਹੋਏ ਆ ਇੱਥੋਂ ਤੱਕ ਅਸੀਂ ਆਪਣਾ ਇੰਨਾ ਪਾਠ ਕਰਨਾ, ਆਹ ਕਰਨਾ, ਫਿਰ ਅਸੀਂ ਫਿਰ ਜਨਰਲ ਗੱਲਾਂ ਸ਼ੁਰੂ ਕਰ ਦੇਣੀਆਂ। ਬਿਲਕੁਲ, ਬਹੁਤ ਵਧੀਆ। ਕੱਲ੍ਹ ਕੀ ਕੀਤਾ, ਗੁੱਡ ਸਲੀਪ ਹੈ, ਅੱਜ ਕੀ ਕਰਨਾ, ਅੱਜ ਕਿਹੜੇ ਲੈਸਨ ਹੈ, ਜਨਰਲ ਗੱਲਾਂ। ਬਿਲਕੁਲ। ਸੋ ਬੈਲੈਂਸ ਟਰਾਈ ਕਰਦਾ ਮੈਂ ਰੱਖਣ ਦਾ। ਬਹੁਤ ਵਧੀਆ ਗੱਲ ਜਿਹੜੀ ਤੁਸੀਂ ਇਹ ਕਹੀ ਕਿ ਮੈਂ ਬੱਚਿਆਂ ਦੇ ਨਾਲ ਇੱਕ ਕੁਆਲਿਟੀ ਟਾਈਮ ਸਪੈਂਡ ਕਰਦਾ ਵਾਂ ਫੈਮਿਲੀ ਦੇ ਨਾਲ, ਜਿੱਥੇ ਤੁਸੀਂ ਦੁਨਿਆਵੀ ਤੌਰ 'ਤੇ ਅੱਜ ਇੱਕ ਮੁਕਾਮ ਹਾਸਿਲ ਕੀਤਾ। ਮੈਂ ਬਾਰ ਬਾਰ ਇਹ ਗੱਲ ਕਹਿ ਰਹੀ ਹਾਂ ਕਿਉਂਕਿ ਅਸੀਂ ਦੇਖ ਰਹੇ ਹਾਂ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਸਿੱਖ ਦੇ ਅੰਦਰ ਇੱਕ ਚਾਹ ਹੈ ਕਿ ਅਸੀਂ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੂੰ ਆਪਣਾ ਆਪ ਅਰਪਣ ਕਰ ਦਈਏ ਕਿ ਇਹ 550 ਸਾਲਾਂ ਜਿਹੜਾ ਇੱਕ ਮਿਸਾਲ ਬਣ ਜਾਏ, ਇਹਦੇ ਨਾਲ ਕੋਈ ਸਿੱਖ ਸਕੇ। ਪਰ ਜਿੱਥੇ ਤੁਸੀਂ ਇੱਧੇ ਟਾਈਮ ਸਪੈਂਡ ਕਰ ਰਹੇ ਹੋ 550 ਸਾਲਾਂ ਨੂੰ ਮਨਾਉਣ ਦੇ ਲਈ, ਉਹਦੇ ਨਾਲ ਨਾਲ ਪਰਿਵਾਰ ਨੂੰ ਵੀ ਜਿਹੜਾ ਪ੍ਰੋਪਰਲੀ ਟਾਈਮ ਦੇ ਰਹੇ ਹੋ, ਕਿਉਂਕਿ ਬੱਚੇ ਜੋ ਦੇਖਦੇ ਨੇ ਉਹੀ ਸਿੱਖਦੇ ਨੇ, ਬਜਾਏ ਕਿ ਅਸੀਂ ਬੱਚਿਆਂ ਨੂੰ ਕੁਝ ਸਿਖਾਈਏ। ਬੱਚੇ ਸਿਖਾਉਣ ਨਾਲ ਨਹੀਂ ਸਿੱਖਦੇ, ਜੋ ਦੇਖਦੇ ਨੇ ਉਹ ਸਿੱਖਦੇ ਨੇ। ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਪੁਆਇੰਟ ਜਿਹੜੇ ਨੇ ਉਹ ਫਿਕਸ ਕੀਤੇ ਹੋਏ ਨੇ, ਹੈ ਨਾ, ਕਿ ਉਸ ਪੁਆਇੰਟ ਤੋਂ ਬਾਅਦ ਇੱਕ ਪੌੜੀ ਹੋ ਗਈ, ਸੈਕਿੰਡ ਪੁਆਇੰਟ ਤੋਂ ਬਾਅਦ ਦੂਸਰੀ ਪੌੜੀ, ਅਤੇ ਉਹਦੇ ਬਾਅਦ, ਕਿਉਂਕਿ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਇਹ ਵਾਲੀ ਜਿਹੜੀ ਅਸੀਂ ਕਹੀਏ ਖੁਰਾਕ, ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਮੇਰੇ ਖਿਆਲ ਨਾਲ ਇੰਗਲੈਂਡ ਦੀ ਬਰਮਿੰਗਮ ਦੀ ਹੈ? ਮੇਰੀ ਬਰਮਿੰਗਮ ਦੀ ਹੈ, ਥੋੜ੍ਹਾ ਜਿਹਾ ਨੋਟਿੰਗਮ ਸੀ, ਮੈਂ ਥੋੜ੍ਹਾ ਜਿਹਾ ਸ਼ਰਾਰਤੀ ਹੁੰਦਾ ਸੀ। ਅੱਛਾ ਜੀ। ਇੱਕ ਦੋ ਸਕੂਲਾਂ 'ਚੋਂ ਵੀ ਕੱਢ ਦਿੱਤਾ ਸੀ, ਕਾਲਜਾਂ 'ਚੋਂ ਵੀ ਕੱਢ ਦਿੱਤਾ ਸੀ। ਅੱਛਾ ਜੀ। ਬਾਕੀ ਜੋ ਮਾਲਕ ਨੇ ਆਪ ਕਰਨਾ ਉਹ ਫਿਰ। ਬਿਲਕੁਲ। ਜਿੱਥੋਂ ਕੱਢਿਆ ਸੀ ਉੱਥੋਂ ਬਾਅਦ ਪ੍ਰੋਫੈਸਰ ਮੈਨੂੰ ਉਹਨਾਂ ਨੇ ਆਉਂਦੀ ਪ੍ਰੋਫੈਸਰਸ਼ਿਪ ਦੇ ਦਿੱਤੀ। ਅੱਛਾ। ਸੋ ਬਾਕੀ ਮਾਲਕ ਆਪ ਕਰਦਾ ਜੀ। ਬਿਲਕੁਲ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮਤਲਬ ਜੇ ਅਸੀਂ ਗੁਰੂ ਦੇ ਹੋ ਜਾਈਏ ਤਾਂ ਪਰਮਾਤਮਾ ਆਪਣੇ ਆਪ ਜਿਹੜੇ ਰਾਹ ਉਹਨੇ ਲੈ ਕੇ ਜਾਣਾ ਹੱਥ ਫੜ ਕੇ ਉੱਧਰ ਲੈ ਜਾਂਦਾ ਹੈ। ਇਸ ਟਾਈਮ ਤੁਸੀਂ ਕਿਹੜਾ ਬਿਜ਼ਨਸ ਵਿੱਚ, ਜਿਹੜਾ ਬਿਜ਼ਨਸ ਕੀ ਰਨ ਕਰ ਰਹੇ ਹੋ? ਮੇਰੇ ਜੀ ਮੇਰਾ ਖਿਆਲ 7-8 ਜਿਹੜੇ ਕੋਰ ਬਿਜ਼ਨਸ ਆ, ਬਾਕੀ ਉੱਥੋਂ 15 ਬਿਜ਼ਨਸ ਹੋਰ ਹੋਣੇ ਜਿਹਨਾਂ 'ਚ ਇਨਵੈਸਟਮੈਂਟਾਂ ਕੀਤੀਆਂ, ਜਿਹਨਾਂ 'ਚ ਅਸੀਂ ਡੇਲੀ ਨਹੀਂ ਇਨਵੋਲਵ। ਸਾਡਾ ਜਿਹੜਾ ਮੇਨ ਬਿਜ਼ਨਸ ਹੈ ਰੀਅਲ ਇਸਟੇਟ ਹੈ, ਪਾਵਰ ਹੈ, ਸੋਲਰ ਪਾਵਰ। ਹਾਂਜੀ। ਅਤੇ ਸੋਲਰ ਪਾਵਰ ਨੂੰ ਮੈਂ ਕਿਉਂ ਜ਼ਿਆਦਾ ਪ੍ਰਮੋਟ ਕਰ ਰਿਹਾ, ਅੱਜ ਤੋਂ ਮੈਨੂੰ 15 ਸਾਲ ਹੋ ਗਏ ਕਰਦੇ ਨੂੰ, 15 ਸਾਲ ਪਹਿਲਾਂ ਬਹੁਤ ਅਰਲੀ ਸੀਗਾ, ਅਤੇ ਉਹ ਟੈਕਨੋਲੋਜੀ ਉਹਨੂੰ ਲੋਕਾਂ ਨੂੰ ਵਿਸ਼ਵਾਸ ਦੇਣਾ ਦੈਟ ਸਾਨੂੰ ਧੁੱਪ ਤੋਂ ਬਿਜਲੀ ਮਿਲ ਜਾਏਗੀ, ਉਹ ਲੋਕ ਮੰਨਦੇ ਨਹੀਂ ਸੀਗੇ। ਉਹ ਸਟਰਗਲ ਸੀਗਾ ਪਹਿਲੇ 7-8 ਸਾਲ ਉਸ ਕੰਪਨੀ ਦਾ, ਉਹਨੇ ਘੱਟ ਹੀ ਖਾਧੇ, ਬਟ ਅਸੀਂ ਬੰਦ ਨਹੀਂ ਕੀਤੀ ਉਹ ਕੰਪਨੀ, ਬਿਕੋਜ਼ ਜਿਹੜਾ ਸਾਡਾ ਕਾਰਬਨ ਫੁੱਟਪ੍ਰਿੰਟ ਹੈ ਉਹ ਸਾਡੀ ਇੱਕ ਰਿਸਪੋਂਸੀਬਿਲਿਟੀ ਹੈ ਸਾਨੂੰ ਉਹਨੂੰ ਸੰਭਾਲਣ ਦੀ, ਸਾਡੇ ਲਈ ਨਹੀਂ ਅਗਲੇ ਜੈਨਰੇਸ਼ਨ ਦੇ ਲਈ, ਅਗਲੇ ਜੈਨਰੇਸ਼ਨ ਦੇ ਲਈ। ਦੇਖੋ ਜੋ ਇਸ ਵੇਲੇ ਜੋ ਪੋਲਿਊਸ਼ਨ ਹੋ ਰਿਹਾ, ਕੋਈ ਟਾਈਮ ਹੁੰਦਾ ਸੀਗਾ ਜਦੋਂ ਸੀਜ਼ਨਸ ਹੁੰਦੇ ਸੀ, ਆਹ ਸੀਜ਼ਨ ਤੁਹਾਨੂੰ ਪਤਾ ਹੁੰਦਾ ਮੀਂਹ ਪੈਣਾ, ਇੱਥੇ ਹੁਣ ਧੁੱਪ ਹੈ, ਇੱਥੇ ਇਸ ਸੀਜ਼ਨ 'ਤੇ ਓਟਮ ਹੈ, ਵਿੰਟਰ ਹੈ, ਹੁਣ ਕੋਈ ਸੀਜ਼ਨ ਹੀ ਨਹੀਂ ਰਿਹਾ। ਬਿਲਕੁਲ। ਕੋਈ ਪਤਾ ਨਹੀਂ ਲੱਗਦਾ ਕਦੋਂ ਬਾਰਿਸ਼ ਆ ਜਾਂਦੀ ਆ, ਕਿੰਨਾ ਪੋਲਿਊਸ਼ਨ ਹੈ, ਇਹ ਸਾਡੀ ਇੱਕ ਰਿਸਪੋਂਸੀਬਿਲਿਟੀ ਹੈ, ਅਤੇ ਅਸੀਂ ਜੇ ਉਹਨੂੰ ਨਾ ਕੰਟਰੋਲ ਕਰੀਏ
ਅਤੇ ਜਿਹੜੇ ਅਗਲੇ ਆਉਣ ਵਾਲੇ ਜਨਰੇਸ਼ਨ ਲਈ ਉਹਨੂੰ ਤੁਸੀਂ ਜਿੰਨੀ ਮਰਜ਼ੀ ਧਨ ਦੌਲਤ ਉਹਨਾਂ ਲਈ ਜੋੜ ਦਿਓ, ਪਰ ਜੇ ਤੁਸੀਂ ਜਿਹੜੀ ਇਨਵਾਇਰਮੈਂਟ ਹੈ, ਪੋਲਿਊਸ਼ਨ ਹੈ, ਕਾਰਬਨ ਫੁੱਟਪ੍ਰਿੰਟ ਨੂੰ ਨਹੀਂ ਕੰਟਰੋਲ ਕੀਤਾ, ਤੁਸੀਂ ਕੋਈ ਜਸਟਿਸ ਨਹੀਂ ਦੇ ਰਹੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਬਿਲਕੁਲ, ਬਹੁਤ ਖੂਬ। ਵਾਕਈ ਅੱਜ ਦੇ ਸਮੇਂ ਜਿਹੜੀ ਅਸੀਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੈ, ਸਾਨੂੰ ਇਹਦਾ ਭੁਗਤਾਨ ਜ਼ਰੂਰ ਕਰਨਾ ਪਏਗਾ। ਫਿਰ ਤੁਸੀਂ ਐਜ਼ ਆ ਬਿਜ਼ਨਸ ਇਹਨੂੰ ਅਡੋਪਟ ਕੀਤਾ ਹੋਇਆ? ਹਾਂਜੀ, ਐਜ਼ ਅ ਬਿਜ਼ਨਸ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਹਰ ਸਿੱਖ ਦੀ ਡਿਊਟੀ ਹੈ, ਜਿੱਥੇ ਅਸੀਂ 550 ਸਾਲਾਂ ਮਨਾ ਰਹੇ ਹਾਂ, ਰੋਜ਼ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਾਂ ਸੁਣਦੇ ਹਾਂ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਅਤੇ ਗੁਰੂ ਸਾਹਿਬ ਨੇ ਸਾਨੂੰ 550 ਸਾਲ ਪਹਿਲੇ ਹੀ ਇਹ ਮੈਸੇਜ ਦੇ ਦਿੱਤਾ ਸੀ ਕਿ ਕੁਦਰਤ ਨੂੰ ਕਿਵੇਂ ਬਚਾ ਕੇ ਇਹਨੂੰ ਨਾਲ ਲੈ ਕੇ ਚੱਲਣਾ ਹੈ। ਅੱਜ ਅਸੀਂ ਕੁਦਰਤ ਨਾਲ ਛੇੜਛਾੜ ਕੀਤੀ, ਸਾਡਾ ਇਨਵਾਇਰਮੈਂਟ ਜਿਹੜਾ ਉਹ ਵੀ ਹਿੱਲ ਗਿਆ। ਜਿਹੜਾ ਤੁਸੀਂ ਸੋਲਰ ਪਾਵਰ ਦੀ ਗੱਲ ਕਰ ਰਹੇ ਹੋ, ਹੈ ਨਾ, ਕਿ ਇਹ ਸੋਲਰ ਪਾਵਰ ਇਹਦੇ ਬਿਜ਼ਨਸ ਤੁਹਾਨੂੰ ਇਹਦੇ ਵਿੱਚ ਕਿਵੇਂ ਹੁਣ ਨੋਰਮਲ ਹੈ, ਕਿਉਂਕਿ ਲੋਕ ਕਾਫੀ ਅਵੇਅਰ ਹੋ ਗਏ ਨੇ? ਵਧੀਆ ਜੀ, ਹੁਣ ਤਾਂ ਮਾਲਕ ਦੀ ਮਿਹਰ ਹੈ ਤੁਹਾਡੇ ਅਕੋਰਡਿੰਗਲੀ, ਮਤਲਬ ਹੁਣ ਅਵੇਅਰ ਹੋ ਗਏ ਨੇ ਲੋਕ ਅੱਜ ਦੇ ਟਾਈਮ 'ਚ? ਹੋ ਗਏ ਜੀ, ਦੇਖੋ ਸਾਰੇ ਘਰਾਂ 'ਚ ਲਵਾਉਣ ਲੱਗ ਪਏ ਨੇ ਹੁਣ, ਜਿੰਨੇ ਨਵੇਂ ਘਰ ਹੁਣ ਬਣਦੇ ਨੇ ਉਹਨਾਂ 'ਚ ਲੱਗਣ ਲੱਗ ਪਏ, ਗੁਰਦੁਆਰਿਆਂ 'ਚ ਲੱਗਣ ਲੱਗ ਪਏ, ਹੁਣ ਲੋਕ ਇਸ ਚੀਜ਼ ਦਾ ਬੈਨੀਫਿਟ ਲੈਣ ਲੱਗ ਪਏ ਨੇ। ਹੋ ਸਕੇ ਲਾਲਚ ਕਰਕੇ ਲੈ ਰਹੇ ਨੇ, ਹੋ ਸਕੇ ਉਹ ਆਪਣੀ ਇੱਕ ਕੰਟਰੀਬਿਊਸ਼ਨ ਦੇਣਾ ਚਾਹੁੰਦੇ ਆ ਸੋਸਾਇਟੀ ਨੂੰ, ਪਰ ਉਹ ਰੱਬ ਜਾਣਦਾ, ਪਰ ਕਰ ਰਿਹਾ, ਹੋ ਰਿਹਾ ਵਾ, ਅਤੇ ਬਹੁਤ ਵੱਡੀ ਸਕੇਲ 'ਤੇ ਹੋ ਰਿਹਾ ਹੁਣ ਕੰਮ। ਬਿਲਕੁਲ, ਸਿਰਫ ਸੋਲਰ ਤਾਂ ਨਹੀਂ, ਲੋਕ ਵਿੰਡ ਵੀ ਕਰਦੇ, ਪਰ ਅਸੀਂ ਸਿਰਫ ਸਪੈਸ਼ਲਿਸਟ ਸੋਲਰ 'ਤੇ ਹਾਂ। ਸੋਲਰ 'ਤੇ ਇਹ ਕਿਸੇ ਗੁਰਦੁਆਰੇ ਵਿੱਚ ਵੀ ਪ੍ਰੋਜੈਕਟ ਤੁਸੀਂ ਲਾਂਚ ਕੀਤਾ? ਹਾਂਜੀ ਜੀ, ਅਸੀਂ ਗੁਰਦੁਆਰਾ ਜੀ ਸੈਂਟਰਲ ਲੰਡਨ ਦੇ ਵਿੱਚ, ਉਹ 110 ਸਾਲ ਪੁਰਾਣਾ ਗੁਰਦੁਆਰਾ, ਇੰਡੀਆ ਤੋਂ ਬਾਅਦ ਸਭ ਤੋਂ ਪੁਰਾਣਾ ਗੁਰਦੁਆਰਾ ਉਹ ਹੈ। ਉਹਦੇ ਵਿੱਚ ਉਸ ਗੁਰਦੁਆਰੇ ਦੀ ਹਿਸਟਰੀ ਬਹੁਤ ਜ਼ਿਆਦਾ ਹੈ। ਊਧਮ ਸਿੰਘ, ਸ਼ਹੀਦ ਊਧਮ ਸਿੰਘ, ਉਹਨਾਂ ਨੇ ਜਾ ਕੇ ਸੇਵਾ ਕੀਤੀ। ਤੁਸੀਂ ਇੱਕ ਫੋਟੋ ਦੇਖਦੇ ਹੋਣੇ ਜਿੱਥੇ ਉਹ ਰੋਟੀ ਬਣਾ ਰਹੇ ਆ, ਹਾਂਜੀ, ਉਹ ਉਸ ਗੁਰਦੁਆਰੇ ਦੀ ਹੈ, ਲੰਡਨ ਦਾ, 110 ਸਾਲ ਪੁਰਾਣਾ ਗੁਰਦੁਆਰਾ। ਅਤੇ ਉਹਦੀ ਬਹੁਤ ਦਰਦ ਭਰੀ ਕਹਾਣੀ ਹੈ ਜੀ ਉਸ ਗੁਰਦੁਆਰੇ ਦੀ। ਉਹ ਜੋ ਕਮੇਟੀ ਸੀਗੀ, ਉਹਨਾਂ ਨੇ ਗੁਰਦੁਆਰੇ ਦੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਸੀਗੇ ਦੈਟ ਉਹ ਗੁਰਦੁਆਰਾ ਮਜਬੂਰ ਕਰ ਰਹੇ ਸੀ ਉਹਨੂੰ ਬੰਦ ਕਰਨ ਨੂੰ। ਹਾਂਜੀ, ਨਾਲ ਉਹਦੇ ਦੋ ਪ੍ਰੋਪਰਟੀਆਂ ਸੀ। ਮੈਂ ਰੈਗੂਲਰ ਗੁਰਦੁਆਰੇ ਜਾਂਦਾ ਸੀਗਾ, ਅਤੇ ਹੌਲੀ ਹੌਲੀ ਅਸੀਂ ਦੇਖਦੇ ਸੀਗੇ ਅੱਜ ਇਹਦਾ ਸ਼ੀਸ਼ਾ ਟੁੱਟਾ, ਅੱਜ ਛੱਤ ਚੋਰੀ ਆ, ਲੇਡੀਜ਼ ਟੋਇਲਟਸ 'ਚ ਪ੍ਰੋਬਲਮ ਆ ਰਹੀ ਆ। ਇਹ ਉਹਨੂੰ ਕਦੀ ਵੀ ਇੱਕ ਡਿਸੀਜਨ ਨਹੀਂ ਲੈ ਸਕੀ ਕਮੇਟੀ ਦਾ, ਅੱਜ ਅਸੀਂ ਇਹ ਸ਼ੀਸ਼ਾ ਟੁੱਟਾ ਅਤੇ ਇਹਨੂੰ ਬਦਲਾ ਲਈਏ। ਉਹਨਾਂ ਦੀ ਆਈਡੀਓਲੋਜੀ ਸੀ ਦਾ ਜਿੰਨਾ ਇਹਨੂੰ ਡਿਲੈਪੀਡੇਟ ਕਰ ਸਕਦੇ, ਇਹਨੂੰ ਫਿਰ ਆਪਾਂ ਵੇਚ ਦਾਂਗੇ ਜ਼ਮੀਨ ਨੂੰ। ਫਿਰ ਉਹਨਾਂ ਨੇ ਆਪਸ਼ਨ 'ਚ ਵੀ ਲਾ ਦਿੱਤੀ ਗੁਰਦੁਆਰੇ ਨੂੰ, ਗੁਰਦੁਆਰੇ ਨੂੰ, ਮਤਲਬ ਖਾਲੀ ਇੰਡੀਆ ਨਹੀਂ, ਇਹ ਬਾਹਰ ਵੀ ਜਿਹੜਾ ਆਪਾਂ ਧਰਮ ਨੂੰ ਬਿਜ਼ਨਸ ਬਣਾ ਲੈਂਦੇ ਹਾਂ। ਦੇਖੋ ਜੀ, ਬੰਦੇ ਤਾਂ ਇੰਡੀਅਨ ਹੀ ਆ ਨਾ, ਇੰਡੀਆ ਦੀ ਆ, ਪਰ ਜਿੱਥੋਂ ਮਰਜ਼ੀ ਹੋਣ, ਆਈਡੀਓਲੋਜੀ ਜਾਂ ਉਹਨਾਂ ਦੀ ਜਿਹਨਾਂ ਦੇ ਸੋਚ ਹੀ ਇਹੋ ਜਿਹੀ ਆ। ਬਿਲਕੁਲ, ਅਤੇ ਮੈਂ ਹਮੇਸ਼ਾ ਸੋਚਦਾ ਹੁੰਦਾ ਗੁਰਦੁਆਰੇ ਦੀ ਪੋਲੀਟਿਕਸ ਦੇ ਵਿੱਚੋਂ ਬਿਲਕੁਲ ਬਾਹਰ ਰਹਿਣਾ ਸਾਡਾ ਕੰਮ ਨਿਗਾ, ਅਸੀਂ ਜਾ ਕੇ ਮੱਥਾ ਟੇਕੋ। ਅਤੇ ਜਿਹੜੇ ਮੁੰਡੇ ਉੱਥੇ ਰੈਗੂਲਰ ਸੇਵਾਦਾਰ ਸੀ, ਉਹਨਾਂ ਨੇ ਕਹਿਣਾ ਭਾਅ ਜੀ ਤੁਸੀਂ ਇਨਵੋਲਵ ਹੋ ਇਸ ਕੰਮ ਦੇ ਵਿੱਚ ਆਓ, ਅਤੇ ਉਹਨਾਂ ਨੂੰ ਮੈਂ ਕਹਿੰਦਾ ਯਾਰ ਮੇਰਾ ਆਪਣਾ ਕੰਮ ਨਿਗਾ, ਮੈਂ ਜਿੱਥੇ ਸਪੋਰਟ ਚਾਹੀਦੀ ਹੋ ਮੈਨੂੰ ਦੱਸ ਦਿਓ। ਅਤੇ ਇੱਕ ਦਿਨ ਸੁਬਾਹ ਮੈਂ 5 ਵਜੇ 5:30 ਵਜੇ ਉੱਥੋਂ ਮੱਥਾ ਟੇਕ ਕੇ ਜਦੋਂ ਨਿਕਲਿਆ ਗੁਰਦੁਆਰਿਓਂ, ਅਤੇ ਮਨ ਬਹੁਤ ਅਪਸੈਟ ਹੋਇਆ ਦੈਟ ਆ ਗੁਰੂ ਦਾ ਘਰ ਆ ਸਾਡੇ ਦਾ, ਜਿਹਨੇ ਸਾਨੂੰ ਸਾਰਾ ਕੁਛ ਦਿੱਤਾ। ਅਸੀਂ ਆਪਣੇ ਘਰਾਂ ਦੇ ਵਿੱਚ ਵਧੀਆ ਸ਼ਨੀਲ ਦੇ ਪੜਦੇ ਅਤੇ ਬੈਸਟ ਕਾਰਪੇਟ ਅਤੇ ਬਿਲਕੁਲ ਆਪਣੇ ਘਰ ਨੂੰ ਸਜਾਉਂਦੇ ਹਾਂ ਕਿ ਹਾਂ, ਅਤੇ ਜਿਸ ਗੁਰੂ ਨੇ ਸਾਨੂੰ ਦਿੱਤਾ ਅਤੇ ਅਸੀਂ ਉਹਦੇ ਘਰ ਨੂੰ ਕੀ ਕੰਡੀਸ਼ਨ ਹੋਈ ਹੈ। ਫਿਰ ਮੈਂ ਜਾ ਕੇ ਘਰ ਆਪਣੀ ਵਾਈਫ ਨਾਲ ਡਿਸਕਸ ਕੀਤਾ, ਬ੍ਰਦਰ ਨਾਲ ਕੀਤਾ, ਅਤੇ ਉਹਨਾਂ ਨੇ ਇਹ ਕਿਹਾ ਤਾਂ ਇਹਦੇ ਬਾਰੇ ਕੁਛ ਕਰੀਏ, ਗੱਲਾਂ ਨਾ ਕਰੀਏ। ਪ੍ਰਧਾਨ ਜੀ ਨੂੰ ਫੋਨ ਕੀਤਾ ਗੁਰਦੁਆਰੇ, ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਆ ਕੇ ਕਮੇਟੀ ਨਾਲ ਗੱਲ ਕਰ ਲਓ। ਮੈਂ ਕਿਹਾ ਠੀਕ ਹੈ ਜੀ। ਕਹਿੰਦੇ ਤੁਸੀਂ ਆਪਣਾ ਪ੍ਰਪੋਜ਼ਲ ਲਿਆਓ। ਅਸੀਂ ਕਿਹਾ ਅਸੀਂ ਸੇਵਾ ਕਰਨੀ ਹੈ ਅਤੇ ਸਾਨੂੰ ਕੋਈ ਸੇਵਾ ਦੇ ਦਿਉ ਦੈਟ ਜਿਹੜਾ ਕੰਮ ਕਰਨ ਵਾਲਾ। ਅਤੇ ਅਸੀਂ ਕਮੇਟੀ ਕੋਲ ਗਏ ਅਤੇ ਕਮੇਟੀ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਸਭ 15 ਤੋਂ 15 ਮੈਂਬਰਾਂ ਨੇ ਵੋਟ ਪਾ ਕੇ ਸਾਨੂੰ ਸੇਵਾ ਦੇ ਦਿੱਤੀ। ਹਿਸਟਰੀ 'ਚ ਕਦੀ ਨਹੀਂ ਹੋਇਆ, ਉਹਨਾਂ ਕੋਲ ਸ਼ੀਸ਼ਾ ਨਹੀਂ ਬਦਲ ਹੋਇਆ। ਬਹੁਤ, ਮਹਾਰਾਜ ਨੇ ਸੇਵਾ ਲੈਣੀ ਸੀ ਤੁਹਾਡੇ ਕੋਲ। ਇਟਸ ਅਨਬਿਲੀਵੇਬਲ, ਇਹ ਬੰਦਿਆਂ ਨੇ ਜਿੰਨੇ 15 ਬੰਦੇ ਉਸ 'ਤੇ ਆ, ਸਾਰਿਆਂ ਦੇ ਇੱਕ ਦੂਜੇ ਨਾਲ ਕੇਸ ਚੱਲਦੇ ਆ ਗੁਰਦੁਆਰਾ ਕਮੇਟੀ ਦੇ, ਗੁਰਦੁਆਰੇ ਕਮੇਟੀ ਦੇ ਗੋਲਕ 'ਚੋਂ ਪੈਸੇ ਲਾ ਕੇ ਕੇਸ ਚਲਾਉਂਦੇ ਸੀ ਇੱਕ ਦੂਜੇ ਦੇ ਉੱਤੇ। ਉਹੀ 15 ਦੇ 15 ਬੰਦਿਆਂ ਨੇ ਜੀ ਕਹਿਤਾ ਜੀ ਠੀਕ ਆ ਜੀ। ਅਸੀਂ ਵੀ ਹੈਰਾਨ, ਉਹ ਵੀ ਥੋੜ੍ਹਾ ਜਿਹਾ, ਅਸੀਂ ਚਲੋ ਜੀ ਸੇਵਾ ਲੈ ਲਈ, ਗੁਰਦੁਆਰੇ ਦੀ ਕੰਮ ਸ਼ੁਰੂ ਕਰਤਾ। ਅਸੀਂ ਸੋਚਿਆ ਬਹੁਤ ਘੱਟ, ਥੋੜ੍ਹਾ ਕੰਮ ਆ, ਰੰਗ ਰੋਗਨ ਹੈ, ਹੋਰ ਆ, ਉਹ ਛੱਤ ਟੋਟਲ, ਫਿਰ ਟੋਟਲੀ ਗੁਰਦੁਆਰਾ ਸਿਰਫ 4 ਦੁਆਰੀ ਉਹਦੀ ਖੜ੍ਹੀ ਰੱਖੀ, ਬਾਕੀ ਟੋਟਲ ਗੁਰਦੁਆਰਾ ਸਾਹਿਬ ਅਸੀਂ ਸੰਗਤ ਨੂੰ ਲੈ ਕੇ ਅੱਗੇ ਹੋ ਕੇ ਬਾਕੀ ਸੰਗਤ ਨੇ ਸਾਰਾ ਕੀਤਾ, ਉਹਦੀ ਸੇਵਾ ਕੀਤੀ। ਉਹਦੇ ਵਿੱਚ ਅਸੀਂ ਫਿਰ ਸੋਲਰ ਲਵਾਇਆ, ਅਪ ਟੂ ਡੇਟ ਟੈਕਨੋਲੋਜੀ ਲਵਾਈ। ਅੱਜ ਦੀ ਡੇਟ ਤੱਕ ਤਾਂ ਮੋਸਟ ਟੈਕਨੀਕਲ ਗੁਰਦੁਆਰਾ ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਉਹੀ ਹੈ।
ਜੋ ਮਾਡਰਨ ਟੈਕਨੋਲੋਜੀ ਹੈ ਕਿ ਜਿੱਦਾਂ ਜਿੱਦਾਂ ਤੁਸੀਂ ਕੋਈ ਚੀਜ਼ ਨਵੀਂ ਬਣਾਓ ਤੁਸੀਂ ਲੇਟੈਸਟ ਚੀਜ਼ਾਂ ਯੂਜ਼ ਕਰਨੀਆਂ ਲਾਈਟਿੰਗ ਮੂਡ ਲਾਈਟਿੰਗ ਹੈ ਅਤੇ ਜਦੋਂ ਤੁਸੀਂ ਸਵੇਰ ਨੂੰ ਗੁਰਦੁਆਰੇ ਜਾਂਦੇ ਹੋ ਉਸ ਹਿਸਾਬ ਨਾਲ ਤੁਹਾਡੀ ਮੂਡ ਲਾਈਟਿੰਗ ਔਨ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਹਾਂ ਬਿਲਕੁਲ ਕਰਕੇ ਸਾਰੀਆਂ ਲਾਈਟਾਂ ਫਲੱਡ ਲਾਈਟਾਂ ਔਨ ਕਰਕੇ ਉਹ ਵੀ ਨਹੀਂ ਇੱਕ ਇਨਵਾਇਰਮੈਂਟ ਤੁਹਾਡਾ ਉਵੇਂ ਜਿਹਾ ਬਣ ਜਾਂਦਾ ਕਿ ਤੁਸੀਂ ਪਰਮਾਤਮਾ ਦੇ ਨਾਲ ਜੁੜ ਸਕੋ ਹਾਂ ਤੁਸੀਂ ਇੱਕ ਇਨਵਾਇਰਮੈਂਟ ਬਣਾ ਰਹੇ ਹੋ ਉਹ ਫਿਰ ਅਸੀਂ ਇੱਕ ਡਿਜ਼ਾਇਨਰ ਨੂੰ ਲਿਆਂਦਾ ਉਹਨੇ ਪੂਰੀ ਡਿਜ਼ਾਇਨ ਕੀਤੀ ਕਲਰ ਸਕੀਮ ਦੱਸੀ ਜਿਹੜੀ ਤੁਹਾਨੂੰ ਕਾਮ ਇਫੈਕਟ ਦਿੰਦੀ ਹੈ ਬਹੁਤ ਵਧੀਆ ਸੋ ਉਹਦੇ ਵਿੱਚ ਅੱਗੇ ਗੁਰਦੁਆਰੇ ਦੇ ਚਾਦਰਾਂ ਸੀ ਅਸੀਂ ਚਾਦਰਾਂ ਚੁਕਾਤੀਆਂ ਕਾਰਪੇਟ ਸਾਡੇ ਦੋਸਤ ਨੇ ਜਸਰਾਜ ਏਟਨ ਜਗਤਾਰ ਸਿੰਘ ਏਟਨ ਉਹਨਾਂ ਨੇ ਕਾਰਪੇਟ ਦੀ ਬਹੁਤ ਵਧੀਆ ਸੇਵਾ ਕੀਤੀ ਉਹਦੇ ਉੱਤੇ ਉਹਨਾਂ ਨੇ ਸਕੋਚ ਗਾਰਡ ਫੜਾਤਾ ਅਤੇ ਇਹਦੇ ਉੱਤੇ ਕੁਛ ਵੀ ਡਿੱਗ ਜੇ ਕੋਈ ਪ੍ਰੋਬਲਮ ਨਹੀਂ ਤਾਂ ਤੁਸੀਂ ਇਹਨੂੰ ਕੋਈ ਚਾਦਰ ਵਿਛਾਉਣ ਦੀ ਲੋੜ ਨਹੀਂ ਸੋ ਕਲਰ ਕੌਨਸੈਪਟ ਜਿਹੜਾ ਸੀ ਸਿਰਫ ਉਹਨੂੰ ਉਹ ਕਾਮਿੰਗ ਇਫੈਕਟ ਸੀ ਤੁਸੀਂ ਜ਼ਰੂਰ ਜਦੋਂ ਕਦੀ ਵੀ ਲੰਡਨ ਆਏ ਅਤੇ ਆਓ ਉਸ ਗੁਰਦੁਆਰੇ ਦੀ ਕਈ ਹਿਸਟਰੀ ਆ ਨਰਿੰਦਰ ਸਿੰਘ ਕਪਾਨੀ ਜੋ ਅੱਜ ਆਪਾਂ ਇੰਟਰਨੈਟ ਯੂਜ਼ ਕਰ ਰਹੇ ਹਾਂ ਵਾਈਫਾਈ ਉਹਨਾਂ ਦੇ ਫਾਦਰ ਮੰਨੇ ਜਾਂਦੇ ਆ ਅੱਛਾ ਮੇਰਾ ਖਿਆਲ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਉਹ ਸਰਦਾਰ ਜੀ ਸੀ ਪਿੱਛੇ ਜਿਹੜੇ ਉਹਨੂੰ ਫਾਦਰ ਮੰਨੇ ਜਾਂਦੇ ਆ ਇੰਟਰਨੈਟ ਹਾਂਜੀ ਜਿਹਨਾਂ ਨੇ ਅੱਜ ਜੋ ਆਪਾਂ ਹੁਣ ਵਟਸਐਪ ਈਮੇਲ ਭੇਜਦੇ ਹਾਂ ਉਹਦੇ ਪਿੱਛੇ ਸਰਦਾਰ ਜੀ ਸੀ ਉਹਨਾਂ ਦਾ ਵਿਆਹ ਉਸ ਗੁਰਦੁਆਰੇ ਹੋਇਆ ਸੀ ਬਹੁਤ ਜ਼ਿਆਦਾ ਹਿਸਟਰੀ ਆ ਵਾਕਈ ਇਹ ਗੱਲ ਮੈਨੂੰ ਵੀ ਨਹੀਂ ਪਤਾ ਸੀ ਇਨਫੈਕਟ ਹਾਂਜੀ ਨਰਿੰਦਰ ਸਿੰਘ ਕਪਾਨੀ ਆ ਜੀ ਮਹਾਰਾਜ ਦਲੀਪ ਸਿੰਘ ਦੀ ਬੇਟੀ ਸੋਫੀ ਜਿਹਨੇ ਸਫਰਾਜੈਟਸ ਮੂਵਮੈਂਟਸ ਉਸ ਗੁਰਦੁਆਰੇ ਜਾਂਦੀ ਰਹੀ ਹੈ ਮਹਾਰਾਣੀ ਜਿੰਦਾ ਦਾ ਜਦੋਂ ਲਾਸਟ ਉਹਨਾਂ ਦੇ ਦਿਨ ਸੀਗੇ ਉੱਥੋਂ ਉਸ ਗੁਰਦੁਆਰੇ ਤੋਂ ਮੇਰੇ ਖਿਆਲ 7-8 ਮਿੰਟ ਦੂਰ ਉਹਨਾਂ ਦਾ ਘਰ ਸੀ ਅਤੇ ਫਿਰ ਮਹਾਰਾਜ ਦਲੀਪ ਸਿੰਘ ਦਾ ਘਰ ਨਾਲ ਦੀ ਰੋਡ 'ਤੇ ਸੀ ਅੱਛਾ ਅੱਛਾ ਹਾਂ ਸਾਡੇ ਗੁਰਧਾਮ ਜੇ ਅੱਜ ਅਸੀਂ ਗੱਲ ਕਰਦੇ ਹਾਂ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਮੰਗਦੇ ਹਾਂ ਮਹਾਰਾਜ ਜਿਹਦੇ ਉੱਤੇ ਤਰੁੱਠਦੇ ਨੇ ਉਹਨੂੰ ਹੀ ਇਹ ਸੇਵਾ ਸੰਭਾਲ ਦਾ ਦਾਨ ਦਿੰਦੇ ਨੇ ਜਿਵੇਂ ਕਿ ਤੁਸੀਂ ਅਸੀਂ ਗੱਲ ਕਰ ਰਹੇ ਸੀ ਕਿ ਸਿੱਖ ਹੈਰੀਟੇਜ ਜਿਹੜਾ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੋ ਪਾਕਿਸਤਾਨ ਦੇ ਗੁਰਦੁਆਰੇ ਜਿਨ੍ਹਾਂ ਦੇ ਲਈ ਪਿਛਲੇ 74 ਸਾਲ ਤੋਂ ਰੋਜ਼ਾਨਾ ਸਿੱਖ ਦੀ 2 ਟਾਈਮ ਦੀ ਅਰਦਾਸ ਹੈ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਅਤੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰੇ 'ਤੇ ਅਸੀਂ ਮੰਗ ਹੀ ਰਹੇ ਹਾਂ ਸੇਵਾ ਸੰਭਾਲ ਦਾ ਦਾਨ ਵੀ ਅਸੀਂ ਮੰਗ ਰਹੇ ਹਾਂ ਤੁਸੀਂ ਇਮਰਾਨ ਖਾਨ ਜੀ ਨਾਲ ਮਿਲ ਕੇ ਉਹਦੇ ਲਈ ਕਾਫੀ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਅਸੀਂ ਸਪੋਰਟ ਕਰਾਂਗੇ ਕੀ ਉੱਥੇ ਦੇ ਪ੍ਰੋਜੈਕਟ ਨੇ ਮੈਂ ਚਾਹਾਂਗੀ ਜ਼ਰੂਰ ਜਿਹੜਾ ਸ਼ੇਅਰ ਕਰੋ ਕਿਉਂਕਿ ਉੱਥੇ ਯੂਨੀਵਰਸਿਟੀ ਵੀ ਅਸੀਂ ਪਿੱਛੇ ਜੇ ਹੋ ਕੇ ਆਏ ਹਾਂ ਯੂਨੀਵਰਸਿਟੀ ਵੀ ਉਹਨਾਂ ਨੇ ਲਾਂਚ ਕੀਤੀ ਹੈ ਤੁਹਾਡੇ ਵੱਲੋਂ ਕੀ ਉਹਦੇ ਲਈ ਐਫਰਟਸ ਹੋ ਰਹੇ ਨੇ ਮੈਂ ਉਹ ਤੁਹਾਡਾ ਕੁਐਸਚਨ ਬਿਲਕੁਲ ਬਾਅਦ 'ਚ ਐਂਸਰ ਕਰਦਾ ਇੱਕ ਹੋਰ ਮੈਂ ਸਿਰਫ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਗੁਰਦੁਆਰੇ ਦੀ ਗੱਲ ਆ ਲੰਡਨ ਦੀ ਲੰਡਨ ਦਾ ਜਿਹੜਾ ਗੁਰਦੁਆਰਾ ਸ਼ੈਪਰਡ ਬੁਸ਼ ਗੁਰਦੁਆਰਾ ਇਹਨੇ ਪਹਿਲੀ ਮੂਵਮੈਂਟ ਲਈ ਸੀਗੀ ਇੱਕ ਚੈਰਿਟੀ ਆ ਜੀ ਬਿੰਤੀ BINTI ਬਿੰਤੀ ਉਹ ਐਜੂਕੇਸ਼ਨ ਦਿੰਦੀ ਆ ਔਨ ਲੇਡੀਜ਼ ਮਿੰਸਟਰਲ ਸਾਈਕਲ ਜਿਹਨਾਂ ਨੂੰ ਆਪਾਂ ਪੀਰੀਅਡ ਕਹਿ ਦਿੰਦੇ ਹਾਂ ਜਾਂ ਮੰਥਲੀ ਕਹਿ ਦਿੰਦੇ ਹਾਂ ਉਹ ਆਪਣੀਆਂ ਫੈਮਲੀਆਂ ਦੇ ਵਿੱਚ ਆਪਾਂ ਇਸ ਚੀਜ਼ ਨੂੰ ਇਗਨੋਰ ਕਰਦੇ ਹਾਂ ਬਿਲਕੁਲ ਡਿਸਕਸ਼ਨ ਨਹੀਂ ਕਰਦੇ ਹਾਂਜੀ ਡਿਸਕਸ਼ਨ ਤਾਂ ਇੱਕ ਪਾਸੇ ਆ ਉਹਦੀ ਇੰਗਲੈਂਡ ਦੇ ਵਿੱਚ ਵੀ ਸਿਰਫ ਇੰਡੀਆ 'ਚ ਨਹੀਂ ਦਾ ਥਰਡ ਵਰਲਡ ਕੰਟਰੀ ਆ ਇੰਗਲੈਂਡ ਦੇ ਵਿੱਚ ਵੀ ਇਹੋ ਜਿਹੇ ਕਈ ਏਰੀਏ ਆ ਜਿੱਥੇ ਲੇਡੀਜ਼ ਅਫੋਰਡ ਨਹੀਂ ਕਰ ਸਕਦੀ ਅਸੀਂ ਜਾ ਕੇ ਪੈਡ ਲੈ ਕੇ ਇਹਨਾਂ ਨੂੰ ਯੂਜ਼ ਕਰ ਸਕੀਏ ਬਿਲਕੁਲ ਥਰਡ ਵਰਲਡ ਕੰਟਰੀਜ਼ ਵਿੱਚ ਕੀ ਹੁੰਦਾ ਉਹ 'ਚ ਗਰਾਸ ਯੂਜ਼ ਕਰਦੇ ਨੇ ਕਾਓ ਡੰਗ ਗੋਹਾ ਕੱਪੜੇ ਉਹਦੇ ਨਾਲ ਇਨਫੈਕਸ਼ਨ ਹੋ ਜਾਂਦਾ ਅਤੇ ਉਹ ਐਜੂਕੇਸ਼ਨ ਨਹੀਂ ਕਈ ਪਾਰਟ ਇਹੋ ਜਿਹੇ ਨੇ ਅੱਜ ਵੀ ਇੰਗਲੈਂਡ 'ਚ ਮਤਲਬ ਇੰਗਲੈਂਡ ਦੇ ਵਿੱਚ ਵੀ ਇਹ ਹੈ ਜੀ ਉਹ ਇੰਗਲੈਂਡ 'ਤੇ ਚਲੋ ਘਾਹ ਨਹੀਂ ਯੂਜ਼ ਕਰਦੇ ਉਹ ਕੋਈ ਹੋਰ ਚੀਜ਼ ਯੂਜ਼ ਕਰਦੇ ਨੇ ਕਦੇ ਉਹਨਾਂ ਕੋਲ ਨਹੀਂ ਅਫੋਰਡ ਹੁੰਦਾ ਅਤੇ ਅਸੀਂ ਹੁਣ ਸ਼ੈਪਰਡ ਬੁਸ਼ ਗੁਰਦੁਆਰੇ ਜੋ ਖਾਲਸਾ ਜਥਾ ਸੈਂਟਰਲ ਖਾਲਸਾ ਜਥਾ ਗੁਰਦੁਆਰਾ ਉਹਦੇ ਵਿੱਚ ਪਹਿਲਾ ਗੁਰਦੁਆਰਾ ਜਿੱਥੇ ਅਸੀਂ ਲੇਡੀਜ਼ ਟੋਇਲਟਸ ਦੇ ਵਿੱਚ ਇਟਸ ਅਵੇਲੇਬਲ ਪੈਡਸ ਆਰ ਅਵੇਲੇਬਲ ਫੋਰ ਐਨੀ ਲੇਡੀਜ਼ ਔਲਸੋ ਜੋ ਸਾਡੇ ਪ੍ਰਧਾਨ ਜੀ ਉਹਨਾਂ ਦੀ ਵਾਈਫ ਨੂੰ ਇੱਕ ਸਪਲਾਈ ਦਿੱਤੀ ਹੈ ਜੋ ਵੀ ਲੇਡੀ ਆਵੇ ਭਾਵੇਂ ਸਿੱਖ ਹੋਵੇ ਕਿਸੇ ਧਰਮ ਦੀ ਹੋਵੇ ਉਹਨਾਂ ਨੂੰ ਇਹ ਸਪਲਾਈ ਚਾਹੀਦੀ ਹੈ ਅਤੇ ਤੁਸੀਂ ਨਾਲ ਦੀ ਨਾਲ ਦੇਈ ਜਾਣੀ ਹੈ ਅਤੇ ਇਹ ਟੋਪ ਅਪ ਹੋ ਜੂਗੀ ਫਿਰ ਅਸੀਂ ਗਵਰਨਮੈਂਟ ਨੂੰ ਲੌਬੀ ਕੀਤਾ ਦੇਖੋ ਜੀ ਇਸ ਚੀਜ਼ ਨੂੰ ਜਾਂ ਮਨਜੀਤ ਕੌਰ ਗਿੱਲ ਆ ਉਹਨਾਂ ਨੇ ਪੂਰਾ ਅੱਗੇ ਹੋ ਕੇ ਅਸੀਂ ਉਹਨਾਂ ਦਾ ਪਿੱਛੇ ਸਾਥ ਦਿੱਤਾ ਅਤੇ ਤੁਸੀਂ ਗਵਰਨਮੈਂਟ ਨੂੰ ਜੋ ਪਬਲਿਕ ਬਿਲਡਿੰਗਸ ਨੇ ਜੋ ਜਿੱਥੇ ਵੀ ਪਬਲਿਕ ਟੋਇਲਟਸ ਨੇ ਤੁਸੀਂ ਇਹ ਚੀਜ਼ ਨੂੰ ਅਵੇਲੇਬਲ ਕਰੋ ਬਿਲਕੁਲ
ਤੇ ਕਈ ਗੁਰਦੁਆਰਿਆਂ 'ਚ ਤਾਂ ਲੇਡੀਜ਼ ਨੂੰ ਸੇਵਾ ਵੀ ਨਹੀਂ ਕਰਨ ਦਿੰਦੇ। ਆ ਹੁਣ ਕੱਲ੍ਹ ਮੇਰਾ ਖਿਆਲ ਪਰਸੋਂ ਇੱਕ ਮਤਾ ਪਾਸ ਹੋਇਆ ਤਾਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕੀਰਤਨ ਵਾਸਤੇ ਜਿਹੜਾ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ। ਦੇਖੋ ਕਿੰਨੀ ਵੱਡੀ ਗੱਲ ਹੈ, ਇਟਸ ਅਮੇਜ਼ਿੰਗ ਨਿਊਜ਼ ਐਂਡ ਦਿਸ ਸ਼ੁੱਡ ਨਾਟ ਹੈਵ ਬੀਨ ਲਾਈਕ ਦਿਸ। ਬਿਲਕੁਲ, ਇਹ ਤਾਂ ਬਿਲ ਇਹ ਤਾਂ ਗੁਰੂ ਸਾਹਿਬ ਨੇ ਤਾਂ ਕਦੀ ਰੋਕਿਆ ਹੀ ਨਹੀਂ, ਨਾ ਕਦੀ ਬਾਣੀ 'ਚ ਲਿਖਿਆ। ਗੁਰੂ ਨਾਨਕ ਦੇਵ ਜੀ ਨੇ ਇਨਫੈਕਟ ਸਭ ਤੋਂ ਪਹਿਲੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਮਤਲਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਵਾਕਈ ਜੇ ਅਸੀਂ ਸਿੱਖੀਜ਼ਮ ਦੀ ਗੱਲ ਕਰਦੇ ਹਾਂ, ਸਭ ਤੋਂ ਲੇਟੈਸਟ ਧਰਮ ਹੈ ਜਿੱਥੇ ਔਰਤ ਦੇ ਲਈ ਆਵਾਜ਼ ਚੁੱਕੀ ਗਈ, ਅਤੇ ਉਸ ਧਰਮ ਨੂੰ ਫੋਲੋ ਕਰਨ ਵਾਲੇ ਅੱਜ 21ਵੀਂ ਸਦੀ ਦੇ ਵਿੱਚ ਜਾ ਕੇ ਜਦੋਂ ਅਸੀਂ ਕਹਿ ਰਹੇ ਹਾਂ ਕਿ ਔਰਤ ਪਾਇਲਟ ਵੀ ਹੈ, ਟੀਚਰ ਵੀ ਹੈ, ਡਾਕਟਰ ਵੀ ਹੈ, ਅਤੇ ਪਰ ਕੀਰਤਨੀ ਜਿਹੜੀ ਹੈ ਉਹ ਅੱਜ ਸਾਡਾ ਧਰਮ ਸਾਨੂੰ ਇਜਾਜ਼ਤ ਦੇ ਰਿਹਾ, ਮਤਲਬ ਸਾਡੇ ਵਾਸਤੇ ਬੜੀ ਵੱਡੀ ਜਿੱਤ ਵੀ ਹੈ। ਪਰ ਜਿਹੜਾ ਇੰਨਾ ਲੇਟ ਹੋਇਆ, ਮੇ ਬੀ ਉਹਦੇ ਪਿੱਛੇ ਵੀ ਕੁਛ ਰੀਜ਼ਨਸ ਹੋਣਗੇ। ਬੈਟਰ ਲੇਟ ਦੈਨ ਨੈਵਰ। ਦੇਖੋ ਜੀ, ਆਹ ਚੀਜ਼ਾਂ ਹੋ ਰਹੀਆਂ ਹੌਲੀ ਹੌਲੀ, ਹੁਣ ਉਸ ਗੁਰਦੁਆਰੇ ਸਾਹਿਬ 'ਚ ਹੋ ਗਿਆ। ਅਸੀਂ ਗਲੋਬਲ ਚਾਹੁੰਦੇ ਹਾਂ, UK ਸਾਰੇ ਗੁਰਦੁਆਰੇ ਉਹਨਾਂ ਨਾਲ ਗੱਲ ਕਰ ਰਹੇ ਹਾਂ ਜੋ ਗੁਰਦੁਆਰਾ ਕਮੇਟੀ ਦੇ। ਬਿਲਕੁਲ, ਇਹ ਲਾਈਫ ਦਾ ਪਾਰਟ ਹੈ ਮੈਨੂੰ ਲੱਗਦਾ। ਜਿਹੜੀ ਚੀਜ਼ ਤੁਸੀਂ ਇੱਕ ਗੁਰਦੁਆਰੇ ਲੰਡਨ ਕੀਤੀ, ਇਹ ਹਰ ਗੁਰਦੁਆਰੇ ਦੇ ਵਿੱਚ ਜਿੱਥੇ ਅਸੀਂ ਦੇਖਦੇ ਹਾਂ ਕਿ ਲੇਡੀਜ਼ ਟੋਇਲਟ ਅਲੱਗ ਨੇ, ਜੈਂਟਸ ਟੋਇਲਟ ਅਲੱਗ ਨੇ, ਉਹਦੇ ਨਾਲ ਨਾਲ ਇਹ ਪ੍ਰੋਵਾਈਡ ਹੋਣਾ ਚਾਹੀਦਾ ਹਰ ਗੁਰਦੁਆਰੇ ਵਿੱਚ। ਦੇਖੋ ਤੁਸੀਂ ਜਹਾਜ਼ 'ਚ ਬਹਿ ਜਾਓ, ਹਾਂਜੀ, ਤੁਹਾਨੂੰ ਇੱਕ ਸੇਫਟੀ ਮਿਲੇਗੀ। ਬਿਲਕੁਲ, ਟੁੱਥਬਰੱਸ਼ ਮਿਲੇਗਾ, ਥੋੜ੍ਹਾ ਜਿਹਾ ਸੈਂਟ ਮਿਲੇਗਾ। ਹਾਂਜੀ, ਆਹ ਤਾਂ ਸਾਡਾ ਹੋ ਗਿਆ ਸਾਰਾ ਕੰਮ ਜਿਹਨਾਂ ਨੂੰ ਲੋੜ ਹੈ। ਬਿਲਕੁਲ, ਪਰ ਜਿਸ ਮਾਤਾ ਨੂੰ, ਜਿਸ ਭੈਣ ਨੂੰ, ਜਿਸ ਬੇਟੀ ਨੂੰ ਖੜੇ ਪੈਰ, ਜਿਹਨੇ ਸਾਰੇ ਜਗਤ ਦੀ ਜਨਨੀ ਹੈ, ਰਾਜਿਆਂ ਨੂੰ ਜਨਮ ਦੇਣ ਵਾਲੀ ਮਾਂ ਹੈ, ਹਾਂਜੀ, ਇੱਕ ਕਿੰਨਾ ਇੰਬੈਰਸਿੰਗ ਸਿਚੁਏਸ਼ਨ ਹੈ ਦੈਟ ਇਟਸ ਨੋਟ ਅਵੇਲੇਬਲ। ਬਿਲਕੁਲ, ਐਂਡ ਇਹ ਤਾਂ ਚਲੋ ਹੋ ਗਿਆ, ਅਤੇ ਕਈ ਐਜੂਕੇਸ਼ਨ ਦੇ ਲੈਕ ਆਫ ਐਜੂਕੇਸ਼ਨ, ਉਹਨਾਂ ਨੂੰ ਪਤਾ ਹੀ ਨਹੀਂ, ਕੁੜੀਆਂ ਸਿਸਟਮ 'ਚੋਂ ਬਾਹਰ ਆ ਜਾਂਦੀਆਂ, ਸਕੂਲੇ ਨਹੀਂ ਜਾਂਦੀਆਂ, ਹਫ਼ਤਾ ਹਫ਼ਤਾ ਸਕੂਲ ਮਿਸ ਹੋ ਜਾਂਦਾ, ਸਿਸਟਮ ਤੋਂ ਬਾਹਰ ਹੋ ਜਾਂਦੀਆਂ, ਇੱਕ ਇੰਬੈਰਸਮੈਂਟ ਕ੍ਰੀਏਟ ਹੋ ਜਾਂਦੀ ਆ। ਸੋ ਇਟਸ ਇੰਪੋਰਟੈਂਟ, ਆ ਜਿਹੜਾ ਐਜੂਕੇਸ਼ਨ ਹੈ ਸਪੈਸ਼ਲੀ, ਇਹ ਜਿਹੜਾ ਆਪਾਂ ਨੂੰ ਥੋੜ੍ਹਾ ਜਿਹਾ 'ਚ ਓਪਨ ਹੋਣਾ ਚਾਹੀਦਾ, ਕਿਉਂਕਿ ਮਦਰ ਨੇਚਰ ਹੈ ਇਹ 'ਚ ਕੋਈ। ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ, ਪਰ ਮੈਂ ਹੈਰਾਨ ਹੋ ਰਹੀ ਹਾਂ ਕਿ ਮੈਂ ਸੋਚਦੀ ਸੀ ਇਹ ਸਾਰਾ ਕੁਛ ਪਿਛੜੇ ਜਿਹੜੇ ਸ਼ਹਿਰ ਨੇ, ਆਪਾਂ ਇੰਡੀਆ ਦੀ ਗੱਲ ਕਰ ਸਕਦੇ ਹਾਂ, ਤੁਹਾਡੇ ਇੰਗਲੈਂਡ ਦਾ ਬਰਥ ਹੈ, ਬਰਮਿੰਗਮ ਤੁਸੀਂ ਰਹਿ ਰਹੇ ਹੋ, ਲੰਡਨ ਤੁਸੀਂ ਬਿਜ਼ਨਸ ਕਰ ਰਹੇ ਹੋ, ਮਤਲਬ ਗਲੋਬਲੀ ਤੁਸੀਂ ਜਿਹੜਾ ਵੱਧ ਫੁੱਲ ਰਹੇ ਹੋ, ਉਹਦੇ ਬਾਅਦ ਤੁਸੀਂ ਇੰਨੇ ਗਰਾਊਂਡ ਲੈਵਲ 'ਤੇ ਜਾ ਕੇ ਕਿਵੇਂ ਥਿੰਕ ਆਊਟ ਕਰ ਰਹੇ ਹੋ, ਆਈ ਡੋਂਟ ਨੋ। ਮੈਂ ਜ਼ਰੂਰ ਚਾਹਾਂਗੀ ਤੁਸੀਂ ਇੰਨਾ ਜ਼ਿਆਦਾ ਕਿਵੇਂ ਇਹ ਸੋਚ ਸਕੇ, ਅੱਜ ਦੇ ਟਾਈਮ 'ਚ ਸਾਡੇ ਨਾਲ ਔਰਤਾਂ ਬੈਠੀਆਂ ਨੇ, ਪਰ ਅਸੀਂ ਉਹਨੂੰ ਬੜੀ ਹਾਸੇ ਉਹ ਕੰਡੀਸ਼ਨ ਬਣ ਜਾਂਦੀ ਹੈ ਉਹ। ਤੁਹਾਨੂੰ ਗੱਲ ਹਾਸੇ ਦੀ ਗੱਲ ਦੱਸਦਾ, ਹਾਸੇ ਦੀ ਨਹੀਂ, ਐਕਚੁਲੀ ਕਾਫੀ ਡਿਸਟਰਬਿੰਗ ਗੱਲ ਹੈ। ਜਦੋਂ ਅਸੀਂ ਆਹ ਸ਼ੁਰੂ ਕੀਤਾ ਤੇ ਮੈਨੂੰ ਉਹ ਬੀਬੀਆਂ ਨੇ ਘੇਰ ਲਿਆ ਗੁਰਦੁਆਰੇ, ਹਾਂਜੀ, ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਕੀ ਗੱਲਾਂ ਕਰ ਰਿਹਾ, ਤੂੰ ਕੀ ਕੰਮ ਕਰਾ ਰਿਹਾ, ਮੈਂ ਕਿਹਾ ਮੈਂ ਆਪਣੇ ਲਈ ਥੋੜ੍ਹਾ ਕਰਾ ਰਿਹਾ, ਹਾਂਜੀ, ਮੈਂ ਕਿਹਾ ਕਹਿੰਦੇ ਐਵਰੀ ਐਨੀਬਾਡੀ ਕੈਨ ਅਫੋਰਡ ਇਟ, ਮੈਂ ਕਿਹਾ ਤੁਹਾਡੀ ਗਲਤ ਫਹਿਮੀ ਹੈ, ਨੋਟ ਐਵਰੀਬਾਡੀ ਕੈਨ ਅਫੋਰਡ ਦਿਸ। ਹਾਂਜੀ, UK ਦੇ ਵਿੱਚ ਯੂਰੋਪੀਅਨ ਟੈਕਸ ਬਹੁਤ ਲੱਗਦਾ ਹੈ ਚੀਜ਼ਾਂ ਦੇ ਉੱਤੇ। ਬਿਲਕੁਲ, ਅਤੇ ਉਹ ਨਹੀਂ ਅਫੋਰਡ ਹੁੰਦਾ ਕਈਆਂ ਕੋਲ, ਅਤੇ ਸਿਰਫ ਗੱਲ ਅਫੋਰਡ ਦੀ ਨਹੀਂ ਗੀ, ਗੱਲ ਹੈ ਕਿ ਐਜੂਕੇਸ਼ਨ ਦੀ, ਬੱਚੀਆਂ ਨੂੰ। ਦੇਖੋ ਹਰ ਇੱਕ ਘਰ ਦੇ ਵਿੱਚ ਇੱਕ ਮਾਤਾ ਵਾ, ਇੱਕ ਭੈਣ ਆ, ਇੱਕ ਬੇਟੀ ਹੈ। ਬਿਲਕੁਲ, ਇਫ ਯੂ ਕਾਂਟ ਅਫੋਰਡ ਦਿਸ ਦੈਨ ਇਟ ਸ਼ੁੱਡ ਬੀ ਮੇਡ ਅਵੇਲੇਬਲ ਟੂ ਯੂ। ਬਿਲਕੁਲ, ਐਂਡ ਵੀ ਸ਼ੁਡਨਟ ਸ਼ਾਏ ਅਵੇ ਫਰੋਮ ਦਿਸ, ਅਸੀਂ ਇਸ ਚੀਜ਼ ਤੋਂ ਸ਼ਰਮਾਈਏ, ਦੈਟ ਇਟਸ ਮਦਰ ਨੇਚਰ। ਬਿਲਕੁਲ ਜੀ, ਕਈ ਇਹੋ ਜਿਹੇ ਪਾਰਟ ਹੈ ਅਫਰੀਕਾ ਦੇ ਵਿੱਚ, ਉਹ ਇੰਨੇ ਅਨਪੜ੍ਹ ਲੋਕ ਆ, ਇੰਨੇ ਬੈਕਵਰਡ ਆ, ਉਹਨਾਂ ਨੇ ਆਪਦੀਆਂ ਕੁੜੀਆਂ ਮਾਰ ਦਿੱਤੀਆਂ ਕਰਕੇ ਜਦੋਂ ਉਹ ਬਲੱਡ ਦੇਖਿਆ। ਬਿਲਕੁਲ, ਮੇਰਾ ਕੋਈ ਗਲਤ ਹੋਇਆ। ਹਾਂਜੀ, ਸੋ ਇਹਨਾਂ ਦੀ ਸਾਈਕੀ ਹੈ, ਦਿਸ ਇਜ਼ ਐਜੂਕੇਸ਼ਨ, ਇਗਨੋਰੈਂਸ ਬਰੀਡਸ ਇਗਨੋਰੈਂਸ। ਬਿਲਕੁਲ, ਐਂਡ ਸਿੱਖੀ ਦੇ ਵਿੱਚ ਇਜ਼ ਦ ਫਰਸਟ ਥਿੰਗ ਇਜ਼ ਟੂ ਲਰਨ। ਬਿਲਕੁਲ ਠੀਕ ਕਹਿ ਰਹੇ ਹੋ, ਵੀ ਆਰ ਲਰਨਿੰਗ ਐਂਡ ਵੀ ਸਾਨੂੰ ਬਣਾਇਆ ਹੀ ਗੁਰੂ ਸਾਹਿਬ ਨੇ ਸਿੱਖ ਲਰਨਰ ਹੀ ਹੈ ਕਿ ਹਰ ਇੱਕ ਚੀਜ਼ ਨੂੰ ਚੈਲੰਜ ਕਰੋ, ਇਹਨੂੰ ਖੋਜੋ, ਇਹਦੇ ਵਿੱਚ ਹੋਰ ਤੁਸੀਂ ਜਾਓ, ਜਿੰਨੀ ਗਹਿਰਾਈ ਜਾਓਗੇ ਉਹਨਾਂ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ। ਬਿਲਕੁਲ, ਸੋ ਦੇਖੋ ਜੀ, ਆਹ ਜੋ ਹੁਣ ਹੋ ਰਿਹਾ ਆਪਣੀ ਸਰਕਾਰ ਕਰ ਰਹੀ ਹੈ, ਜੋ ਵੀ ਅੱਗੇ ਹੋ ਕੇ ਲੋਕ ਕਰ ਰਹੇ ਨੇ, ਹੁਣ ਆਹ ਤੁਸੀਂ ਕਿਹਾ ਮੈਂ ਕਿੱਦਾਂ ਇਨਵੋਲਵਣਾ, ਮੇਰਾ ਭਾਅ ਜੀ ਦੇਖੋ ਭੈਣ ਜੀ, ਉੱਥੇ ਸਾਨੂੰ ਚੈਰਿਟੀਜ਼ ਆ ਕੇ ਮਿਲਦੀਆਂ, ਹੁਣ ਜਿੱਦਾਂ ਬੇਨਤੀ ਚੈਰਿਟੀ ਸੀ, ਇਹਨਾਂ ਨੇ ਆਏ ਕਹਿੰਦੇ ਤੁਸੀਂ ਸਾਡੀ ਸਪੋਰਟ ਕਰੋ। ਮੈਂ ਕਿਹਾ ਕਿਉਂ, ਅਸੀਂ ਕਿਉਂ ਕਰੀਏ? ਕਹਿੰਦੇ ਬਿਕੋਜ਼ ਥੋੜ੍ਹੀ ਜਿਹੀ ਹੋਰ ਅਵੇਅਰਨੈਸ ਸਾਨੂੰ ਮਿਲੇਗੀ, ਅਸੀਂ ਲੇਡੀਜ਼ ਹਾਂ, ਸਾਨੂੰ ਕੋਈ ਸੀਰੀਅਸ ਟੇਕ ਨਹੀਂ ਕਰਦਾ। ਮੈਂ ਕਿਹਾ ਨੋ ਪ੍ਰੋਬਲਮ, ਮੈਂ ਤੁਹਾਡੇ ਨਾਲ ਖੜ੍ਹਾ। ਅਤੇ ਅਸੀਂ ਉਹਦੇ ਨਾਲ ਫਿਰ ਚਿਲਡਰਨਸ ਚੈਰਿਟੀ ਆ, ਸੇਮ ਉਹ ਅਸੀਂ ਇੱਕ ਸਕੂਲ ਅਫਰੀਕਾ 'ਚ ਬਣਾਇਆ ਬੱਚਿਆਂ ਦੇ ਲਈ, ਇੱਕ ਹੋਰ ਸਕੂਲ ਆ ਕੁੜੀਆਂ ਦੇ ਲਈ, ਜਸਟ ਫੋਰ ਗਰਲਸ। ਚੈਰਿਟੀ ਜਿਹੜੀ ਹੁੰਦੀ, ਜਿੰਨੀ ਕੁ ਤੁਸੀਂ ਗਰਾਸ ਰੂਟ ਤੋਂ ਕਰ ਸਕਦੇ ਆ, ਉਹਦੇ ਵਰਗੀ ਕੋਈ ਚੈਰਿਟੀ ਨਹੀਂ। ਐਕਚੁਅਲੀ ਚੈਰਿਟੀ ਹੁੰਦੀ ਗ੍ਰਾਸ ਰੂਟ ਤੋਂ ਹੈ, ਜਿਵੇਂ ਅਸੀਂ ਚੈਰਿਟੀ ਬਿਗਿਨਸ ਫਰੋਮ ਹੋਮ। ਹਾਂ, ਚੈਰਿਟੀ ਬਿਗਿਨਸ ਫਰੋਮ ਹੋਮ, ਚੈੱਕ ਲਿਖ ਦੇਣਾ ਤੁਸੀਂ ਆਪਣਾ, ਆਪਣੇ ਤੁਸੀਂ ਇੱਕ ਆਪਣੇ ਕੌਨਸ਼ੀਅੰਸ ਨੂੰ ਡਿਸਚਾਰਜ ਕਰ ਰਹੇ ਹੋ, ਮੈਂ ਚੈੱਕ ਦੇ ਦਿੱਤਾ ਜੀ, ਆ ਲਓ, ਠੀਕ ਹੈ। ਬਿਲਕੁਲ,
ਜੋ ਤੁਸੀਂ ਹੱਥੀਂ ਚੀਜ਼ ਕਰ ਸਕਦੇ ਹੋ। ਬਿਲਕੁਲ। ਹੁਣ ਇੱਥੇ ਜਲੰਧਰ ਅਸੀਂ ਪਿਛਲੀ ਵਾਰੀ ਜਦੋਂ ਮੈਂ ਆਇਆ ਅਤੇ ਹਨੀ ਭਾਅ ਜੀ ਹੁਣੀ ਸਾਨੂੰ ਲੈ ਗਏ ਇੱਥੇ ਯੂਨੀਕ ਹੋਮਸ ਫੋਰ ਗਰਲਸ, ਅਤੇ ਬੀਬੀ ਪ੍ਰਕਾਸ਼ ਕੌਰ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਮੇਰੇ। ਤੁਸੀਂ ਗਏ ਉੱਥੇ? ਹਾਂਜੀ ਹਾਂਜੀ। ਅਤੇ ਉਹਨਾਂ ਦਾ ਜਦੋਂ ਤੁਸੀਂ ਓਪਰੇਸ਼ਨ ਦੇਖੋ, ਇੱਕ ਓਪਰੇਸ਼ਨ ਦੇਖ ਕੇ ਤਾਂ ਬਹੁਤ ਖੁਸ਼ੀ ਹੁੰਦੀ ਆ, ਜੋ ਕੌਨਸੈਪਟ ਦੇਖ ਕੇ ਬਹੁਤ ਦੁੱਖ ਹੁੰਦਾ। ਬਿਲਕੁਲ। ਇਹਦੀ ਲੋੜ ਹੈ, ਅੱਜ ਦੀ ਡੇਟ 'ਚ ਵੀ ਇਹਦੀ ਲੋੜ ਹੈ। ਬਿਲਕੁਲ। ਤਾਂ ਲੋਕ ਕੂੜੇ 'ਚ ਬੱਚੀਆਂ ਨੂੰ ਸਿੱਟ ਜਾਂਦੇ ਨੇ। ਬਿਲਕੁਲ। ਲੋਕ ਉੱਥੇ ਆਪਦੀਆਂ ਬੱਚੀਆਂ ਨੂੰ ਰੱਖ ਜਾਂਦੇ ਨੇ। ਬਿਲਕੁਲ। ਐਂਡ ਦੈਟਸ ਦ ਮੋਸਟ ਡਿਸਟਰਬਿੰਗ ਪਾਰਟ। ਹੁਣ ਆਈਏ ਤੁਹਾਡੇ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਸੀ, ਉਹ ਮੈਂ ਅਵੋਇਡ ਨਹੀਂ ਕਰਨਾ ਚਾਹੁੰਦਾ। ਦੇਖੋ, ਜੋ ਸਾਡੀ ਅਰਦਾਸ ਹੈ, ਮੈਂ ਤਾਂ ਕਹਿੰਦਾ ਇਮਰਾਨ ਖਾਨ ਨੂੰ ਗੁਰੂ ਨਾਨਕ ਦੇਵ ਜੀ ਨੇ ਉੱਥੇ 21 ਸਾਲ ਬਾਅਦ, 21 ਸਾਲ ਉਹਨਾਂ ਨੇ ਇਲੈਕਸ਼ਨ ਦੀ ਕੋਸ਼ਿਸ਼ ਕੀਤੀ ਪ੍ਰਾਈਮ ਮਿਨਿਸਟਰ ਬਣਨ ਦੀ। ਬਿਲਕੁਲ ਠੀਕ ਹੈ। ਪਿਛਲੀ ਵਾਰੀ ਇੱਕਦਮ ਬਣ ਲੱਗੇ ਸੀਗੇ ਅਤੇ ਸਟੇਜ ਤੋਂ ਡਿੱਪੇ ਸੀ। ਹਾਂਜੀ। 21 ਸਾਲ ਬਾਅਦ ਇਹ ਪ੍ਰਾਈਮ ਮਿਨਿਸਟਰ ਬਣੇ ਉਸ ਮੁਲਕ ਦੇ ਜਿੱਥੇ ਸਭ ਤੋਂ ਜ਼ਿਆਦਾ ਗੁਰਦੁਆਰੇ ਸਾਡੇ ਨੇ ਸਿੱਖਾਂ ਦੇ। ਸਾਡਾ ਪੂਰਾ ਮੈਨੂੰ ਲੱਗਦਾ ਹੈ ਇਤਿਹਾਸ ਹੀ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਿਆ ਹੋਇਆ। ਅਸੀਂ ਪਿੱਛੇ ਜੇ ਗਏ ਜਾ ਕੇ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਹੈ, ਉੱਥੇ ਦੀ ਬੋਲੀ ਇੰਨੀ ਇੱਕ ਮਿੱਠੀ ਬੋਲੀ, ਮੈਨੂੰ ਲੱਗ ਰਿਹਾ ਉਹ ਵੀ ਅਸੀਂ ਉੱਥੇ ਹੀ ਛੱਡ ਆਏ ਹਾਂ। ਸਾਰਾ ਕੁਛ ਛੱਡ ਜਾਂਦਾ ਜੀ। ਦੇਖੋ, ਅੱਜ ਜਦੋਂ ਇਹ ਅੰਗਰੇਜ਼ਾਂ ਨੇ ਬਟਵਾਰਾ ਕੀਤਾ, ਹਾਂਜੀ, ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੂੰ ਹੋਇਆ। ਬਿਲਕੁਲ। ਸਭ ਤੋਂ ਜ਼ਿਆਦਾ ਮੇਨ ਨੁਕਸਾਨ ਸਿੱਖਾਂ ਨੂੰ ਹੋਇਆ। ਅੱਜ ਜਦੋਂ ਲਾਈਨ ਕੀਤੀ ਇਹਨਾਂ ਨੇ ਡਿਵਾਈਡ ਐਂਡ ਰੂਲ, 70% ਪੰਜਾਬ ਜਿਹੜਾ ਸਾਡਾ ਉਧਰ ਰਹਿ ਗਿਆ ਸੀ। ਬਿਲਕੁਲ। ਦੇਖੋ ਜੀ, ਸਾਡੇ ਮੇਨ ਗੁਰਦੁਆਰੇ ਉੱਥੇ ਨੇ। ਹਾਂਜੀ। ਸਾਡਾ ਮੇਨ, ਸਾਡੀ ਸਿੱਖ ਹਿਸਟਰੀ ਇਜ਼ ਦੇਅਰ। ਬਿਲਕੁਲ। ਅਤੇ ਅਸੀਂ ਤਾਂ ਜੋ ਇਮਰਾਨ ਖਾਨ ਸਾਹਿਬ ਨੇ ਕੀਤਾ, ਆਈ ਥਿੰਕ ਅਸੀਂ ਤਾਂ ਕਦੀ ਦੇਣਾ ਵੀ ਨਹੀਂ ਦੇ ਸਕਦੇ। ਬਿਲਕੁਲ। ਸਾਡੀਆਂ ਪਹਿਲੇ 3 ਮਹੀਨਿਆਂ 'ਚ ਪਾਵਰ 'ਚ ਆ ਕੇ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤੀ ਹੈ, ਉਹ ਕਰਤਾਰਪੁਰ ਲਾਂਘੇ ਦੀ। ਹਾਂਜੀ। ਬਾਕੀ ਜੋ ਪਿੱਛੇ ਪੋਲੀਟੀਕਲ ਆਈਡੀਓਲੋਜੀ ਹੈ ਇਹਦੇ, ਜੋ ਹੋਰ ਹੈ ਉਹਦਾ ਮੈਨੂੰ ਪਤਾ ਨਹੀਂ, ਮੈਂ ਸਿਰਫ ਇੱਕ ਸਿੱਖੀ ਪੁਆਇੰਟ ਆਫ ਵਿਊ ਤੋਂ ਗੱਲ ਕਰ ਸਕਦਾ। ਉਹਨਾਂ ਨੇ ਇਹ ਕੀਤੀ ਹੈ। ਬਿਲਕੁਲ। ਅਤੇ ਅਸੀਂ ਇੱਕ ਫਾਊਂਡੇਸ਼ਨ ਸੈੱਟ ਕੀਤੀ ਹੈ, ਗੁਰੂ ਨਾਨਕ ਗਲੋਬਲ ਸੇਵਾ ਟਰੱਸਟ, ਉਹ ਲਾਂਚ ਹੋਣੀ ਹੈ ਜੀ। ਬਸ ਉਹਦੇ ਫਾਈਨਲ ਰਜਿਸਟ੍ਰੇਸ਼ਨ ਦੀ ਵੇਟ ਹੈ, ਉਹ ਟੋਟਲੀ ਇੰਡੀਪੈਂਡੈਂਟ ਰਨ ਹੋਣੀ ਹੈ। ਉਹਦੇ ਬੋਰਡ ਬਿਠਾਇਆ ਗਿਆ, ਜੋ UK ਦੀ ਜਾਂ ਵਰਲਡ ਦੇ ਸਭ ਤੋਂ ਵੱਡੇ ਅਕਾਊਂਟੈਂਟ ਫਰਮ ਹੈ ਉਹਨਾਂ ਨੂੰ ਉਹਦੀ ਅਪੁਆਇੰਟਮੈਂਟ ਦਿੱਤੀ ਗਈ ਹੈ, ਤੁਸੀਂ ਇਹਦੇ ਅਕਾਊਂਟ ਮੈਨੇਜ ਕਰਨੇ ਨੇ। ਅਤੇ ਉਹ ਹੈਗੀ ਹੈ ਜੀ ਫਾਊਂਡੇਸ਼ਨ, ਅਸੀਂ ਵਿਰਦੀ ਫਾਊਂਡੇਸ਼ਨ ਤੋਂ ਵੀ ਟੋਟਲੀ ਅਲੱਗ ਲੱਗਦਾ, ਉਹਦੇ ਬੋਰਡ 'ਚ ਵੀ ਮੈਂ ਬੈਠਾ ਨਹੀਂ, ਸਿਰਫ ਓਵਰਸੀ ਕਰ ਰਿਹਾ, ਬਾਕੀ ਸਭ ਇੰਡੀਪੈਂਡੈਂਟ ਬੰਦੇ ਉਸ ਬੋਰਡ ਦੇ ਵਿੱਚ ਬਿਠਾਏ। ਗੁਰੂ ਨਾਨਕ ਗਲੋਬਲ ਫਾਊਂਡੇਸ਼ਨ, ਗੁਰੂ ਨਾਨਕ ਗਲੋਬਲ ਸੇਵਾ ਟਰੱਸਟ। ਸੇਵਾ ਟਰੱਸਟ, ਹਾਂਜੀ, ਬੜਾ ਵਧੀਆ ਨਾਮ ਹੈਗਾ, ਗਲੋਬਲ ਸੇਵਾ ਟਰੱਸਟ। ਹਾਂਜੀ। ਹੈ ਨਾ, ਅਤੇ ਮੇਰੇ ਖਿਆਲ ਨਾਲ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਵਾਕਈ ਗਲੋਬਲੀ ਇਹਦੇ ਕੀ ਮਤਲਬ ਤੁਸੀਂ ਰੱਖਿਆ, ਕਿ ਇਹਦੇ 'ਚ ਕੰਮ ਕੀ ਕਰਨਾ? ਦੇਖੋ, ਪਹਿਲਾ ਕੰਮ ਤਾਂ ਇਹ ਹੈ ਨਾ, ਪੂਰੀ ਸਿੱਖ ਸੁਸਾਇਟੀ ਨੂੰ, ਜਿੰਨੇ ਸਾਡੇ ਸਿੱਖ ਨੇ, ਜਿੰਨੇ ਗੁਰਦੁਆਰੇ ਨੇ, ਉਹਨਾਂ ਨੂੰ ਇਕੱਠੇ ਕਰਕੇ ਇੱਕ ਇਸ ਫਾਊਂਡੇਸ਼ਨ ਦੇ ਵਿੱਚ ਲੈ ਕੇ ਆਉਣਾ, ਆਲ ਓਵਰ ਵਰਲਡ, ਪੂਰੀ ਵਰਲਡ ਦੇ ਵਿੱਚ ਚਿੱਠੀਆਂ ਜਾਣਗੀਆਂ ਗੁਰਦੁਆਰਿਆਂ ਨੂੰ, ਤਾਂ ਜਿਨ੍ਹਾਂ ਨੇ ਸੇਵਾ ਕਰਨੀ ਹੈ। ਹਿਸਟੋਰੀਕਲ ਗੁਰਦੁਆਰੇ ਜਾਂ ਜਿੰਨੀਆਂ ਸਿੰਘ ਸਭਾਵਾਂ ਨੇ ਉਹ ਵੀ? ਦੇਖੋ ਜੀ, ਹਿਸਟੋਰੀਕ ਗੁਰਦੁਆਰੇ ਤਾਂ ਪਹਿਲੋਂ ਆ, ਫਿਰ ਸਿਰਫ ਗੁਰਦੁਆਰੇ ਨਹੀਂ, ਇਹਦੇ ਵਿੱਚ ਹੋਰ ਐਜੂਕੇਸ਼ਨ ਵੀ ਹੋਣਾ ਜੀ, ਹੋਰ ਬੱਚਿਆਂ ਦੀ ਸੇਵਾ ਵੀ ਹੋਣੀ ਆ, ਲੇਡੀਜ਼ ਵੀ ਆ, ਇਟਸ ਨੋਟ ਜਸਟ ਅਬਾਊਟ ਪ੍ਰਜ਼ਰਵਿੰਗ ਗੁਰਦੁਆਰੇ, ਪਰ ਪਹਿਲੀ ਪ੍ਰੋਜੈਕਟ ਹੈ ਗੁਰਦੁਆਰਿਆਂ ਦੀ, ਗੁਰਦੁਆਰੇ ਦੇ ਜੋ ਪਾਕਿਸਤਾਨ ਗੁਰਦੁਆਰੇ ਨੇ। ਫਿਰ ਬਾਕੀ ਹੋਰ ਕਿੱਥੇ, ਜਿੱਥੇ ਸਾਡੇ ਸਿੱਖ ਭਰਾ ਬੈਠੇ ਨੇ ਰਿਮੋਟ ਜਗ੍ਹਾ ਦੇ ਵਿੱਚ, ਉੱਥੇ ਕਿਤੇ ਗੁਰਦੁਆਰਾ ਬਣਾਉਣਾ, ਅਤੇ ਇਸ ਗੁਰੂ ਨਾਨਕ ਗਲੋਬਲ ਸੇਵਾ ਟਰੱਸਟ ਉਹਦੀ ਸਪੋਰਟ ਕਰੇਗੀ, ਐਜੂਕੇਸ਼ਨ ਨੂੰ ਪ੍ਰਮੋਟ ਕਰੇਗੀ, ਹੈਲਥ ਨੂੰ ਪ੍ਰਮੋਟ ਕਰੇਗੀ, ਡਰੱਗਸ ਅਵੇਅਰਨੈਸ ਕਰੇਗੀ, ਆਹ ਸਾਰੀਆਂ ਚੀਜ਼ਾਂ ਨਾਲ ਇਹਦੇ ਅਟੈਚ ਹੋਣਗੀਆਂ। ਬਹੁਤ ਖੂਬ। ਅਤੇ ਇਹਦਾ ਹਾਲੇ ਤੱਕ 19 ਦਸੰਬਰ ਨੂੰ ਜਿਹੜੀ ਇਹ ਲਾਂਚ ਹੋ, ਅਫੀਸ਼ਲੀ ਤਾਂ ਅਸੀਂ ਅਨਾਊਂਸ ਕਰਤੀ ਆ, ਪਰ ਦੇਖੋ ਆਪਾਂ ਕੱਚਾ ਕੰਮ ਨਹੀਂ ਕਰਨਾ ਚਾਹੁੰਦੇ, ਹਰ ਇੱਕ ਕੰਮ ਇਟਸ ਐਨ ਇੰਟਰਨੈਸ਼ਨਲ ਕੰਮ ਹੈ, ਮੈਂ ਚਾਹੁੰਦਾ ਹਰ ਇੱਕ ਚੀਜ਼ ਇਹਦੀ ਸਹੀ ਹੋਵੇ, ਇਹਦੇ ਪੂਰੇ ਰਜਿਸਟ੍ਰੇਸ਼ਨ ਹੋਣ, ਸਭ ਜੋ ਸਰਟੀਫਿਕੇਟ ਹੈ ਉਹ ਸਾਰੇ ਆ ਜਾਣ। ਉਹ ਥੋੜ੍ਹਾ ਜਿਹਾ ਟਾਈਮ ਲੱਗਦਾ, ਕਰਕੇ ਟਰੱਸਟ ਫਾਊਂਡੇਸ਼ਨ ਸੈੱਟ ਕਰਨ ਨੂੰ ਟਾਈਮ ਲੱਗਦਾ। ਹਾਂਜੀ। ਅਤੇ ਉਹ ਮੇਰਾ ਖਿਆਲ ਆ 1-2 ਦਿਨਾਂ ਦੇ ਵਿੱਚ ਆ ਜਾਣੇ, ਅਤੇ 19 ਤਰੀਕ ਦੀ ਅਸੀਂ ਰੱਖੀ ਆ UK ਦੇ ਵਿੱਚ ਇਹਦਾ ਪਹਿਲੀ ਅਨਾਊਂਸਮੈਂਟ ਕਰਨੀ, ਜੋ ਅਫੀਸ਼ੀਅਲ ਓਪਨਿੰਗ ਅਨਾਊਂਸਮੈਂਟ ਹੈ। ਉਸ ਤੋਂ ਬਾਅਦ ਸਭ ਗੁਰਦੁਆਰਿਆਂ ਨੂੰ ਕੰਟੈਕਟ ਹੋਏਗਾ, ਹੁਣ ਨਿਸ਼ਕਾਮ ਸੇਵਾ ਭਾਈ ਸਾਹਿਬ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਪਹਿਲੋਂ ਹਰਿਮੰਦਰ ਸਾਹਿਬ ਦੀ ਸੇਵਾ ਲਈ ਸੀ ਸੋਨੇ ਦੀ, ਫਿਰ ਪਟਨਾ ਸਾਹਿਬ ਇਹਨਾਂ ਨੇ ਸੇਵਾ ਕੀਤੀ, ਅਤੇ ਫਿਰ ਇਹਨਾਂ ਨੇ ਸੁਲਤਾਨਪੁਰ ਸਾਹਿਬ, ਸੁਲਤਾਨਪੁਰ ਲੋਧੀ ਹੁਣ ਸੇਵਾ ਚੱਲਦੀ ਇਹਨਾਂ ਦੀ,
ਅਤੇ ਹੁਣ ਅਸੀਂ ਪਿੱਛੇ ਜੇ ਇਮਰਾਨ ਖਾਨ ਪਰਸੋਂ ਹੀ ਇਮਰਾਨ ਖਾਨ ਸਾਹਿਬ ਦੀ ਅਤੇ ਭਾਈ ਸਾਹਿਬ ਦੀ ਮੀਟਿੰਗ ਕਰਵਾਈ ਸੀ ਅਤੇ ਉਹ ਬਹੁਤ ਵਧੀਆ ਮੀਟਿੰਗ ਗਈ ਅਤੇ ਉਹਨਾਂ ਨੇ ਸੇਵਾ ਲੈ ਰਹੇ ਨੇ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਦੀ ਸੇਵਾ ਲੈ ਰਹੇ ਗਲੋਬਲ ਸਿੱਖ ਸੇਵਾ ਟਰੱਸਟ ਜਿਹੜਾ ਬਣਿਆ ਉਹਦੇ ਅੰਡਰ ਹੀ ਇਹ ਸਾਰੀਆਂ ਸੇਵਾਵਾਂ ਹੋ ਦੇਖੋ ਜੀ ਅਸੀਂ ਕੀ ਕਰ ਰਹੇ ਹਾਂ ਜਿੱਦਾਂ ਹੁਣ ਜਿੱਦਾਂ ਤੁਹਾਨੂੰ ਕਿਹਾ ਗੁਰਦੁਆਰੇ ਨੂੰ ਸਾਰਿਆਂ ਨੂੰ ਅਪਰੋਚ ਕਰਨਾ ਇਹਨਾਂ ਨੇ ਆ ਪਹਿਲੀ ਸੇਵਾ ਆਪਣੇ ਨਿਸ਼ਕਾਮ ਸੇਵਾ ਦੇ ਵਿੱਚੋਂ ਲੈ ਲਈ ਹੈ ਹੁਣ ਸਪੋਜ਼ ਕਰੋ ਜੀ ਸ਼ੈਪਰਡ ਬੁਸ਼ ਗੁਰਦੁਆਰਾ ਉਹ ਕਹੂਗੇ ਜੀ ਸਾਨੂੰ ਪੰਜਾ ਸਾਹਿਬ ਦੀ ਸੇਵਾ ਅਸੀਂ ਫਿਰ ਉੱਥੇ ਗਵਰਨਮੈਂਟ ਨੂੰ ਕਹਾਂਗੇ ਜੀ ਆ ਆ ਗੁਰਦੁਆਰਾ ਜੀ ਇਹਨਾਂ ਨੇ ਇਹਦੀ ਸੇਵਾ ਲੈਣੀ ਹੈ ਐਜ਼ ਅ ਮੈਡੀਏਟਰ ਵੀ ਜਿਹੜਾ ਰੋਲ ਪਲੇ ਕਰਨਾ ਤੁਸੀਂ ਅਸੀਂ ਦੇਖੋ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦੇ ਹਾਂ ਬਹੁਤ ਖੂਬ ਐਕਚੁਅਲੀ ਅੱਜ ਦੇ ਸਮੇਂ ਦੇ ਵਿੱਚ ਸਹੀ ਮੈਡੀਏਟਰ ਜਿਹੜੇ ਨੇ ਉਹ ਵੀ ਖਤਮ ਹੋ ਚੁੱਕੇ ਨੇ ਦੇਖੋ ਦਿਸ ਟੂ ਮੈਨੀ ਸੈਕਟਸ ਦਿਸ ਟੂ ਮੈਨੀ ਡਿਵਾਈਡਸ ਦਿਸ ਟੂ ਮੈਨੀ ਦਿਸ ਜੋ ਇੱਕ ਮੈਸੇਜ ਹੈ ਨਾ ਮੈਂ ਕਹਿੰਦਾ ਇਕੱਠੇ ਹੋ ਕੇ ਆਪਾਂ ਉਸ ਨੂੰ ਡਿਲੀਵਰ ਕਰੀਏ ਡਿਲੀਵਰ ਕਰੀਏ ਬਾਕੀ ਜੋ ਤੁਹਾਡੀ ਆਈਡੀਓਲੋਜੀ ਹੈ ਕਿਸੇ ਦੀ ਹੈ ਜੋ ਵੀ ਹੈ ਬਿਜ਼ਨਸ ਹੈ ਜੋ ਵੀ ਹੈ ਉਹ ਆਪਣਾ ਚਲੋ ਚਲਾਓ ਤੁਸੀਂ ਬਟ ਆਹ ਚੀਜ਼ ਨੂੰ ਨਾ ਵਿੱਚ ਆਪਾਂ ਇੰਟਰਫੀਅਰ ਕਰੀਏ ਸੋ ਇਹ ਸਾਡਾ ਰੋਲ ਹੈ ਬਹੁਤ ਵਧੀਆ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਸੀਂ ਐਜ਼ ਅ ਮੈਡੀਏਟਰ ਵੀ ਰੋਲ ਪਲੇ ਕਰਾਂਗੇ ਬਹੁਤ ਲੋਕ ਨੇ ਜਿਹੜੀ ਸੇਵਾ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਐਵੇਂ ਜਿਹੇ ਸਥਾਨ ਨੇ ਸਿੱਖਿਜ਼ਮ ਦੇ ਜਿੱਥੇ ਸੇਵਾਵਾਂ ਦੀ ਜ਼ਰੂਰਤ ਹੈ ਜੇ ਅਸੀਂ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਮਤਲਬ ਇਹਨਾਂ ਦਾ ਇਹ ਡਿਊਟੀ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਹੈ ਕੀਤੀ ਜਾਏ ਅਤੇ ਤੁਸੀਂ ਵੈਸੇ ਹੀ ਹੱਸਣਾ ਸ਼ੁਰੂ ਕਰ ਦਿੱਤਾ ਵਾਕਈ ਅਸੀਂ ਇਸ ਗੱਲ ਤੋਂ ਮਾਯੂਸ ਹਾਂ ਕਿਉਂਕਿ ਬਹੁਤ ਵੱਡੀ ਜਿਹੜੀ ਸਾਨੂੰ ਆਸ ਸੀ ਇਹਨਾਂ ਦੋਨਾਂ ਕਮੇਟੀਆਂ ਤੋਂ ਮੈਨੂੰ ਲੱਗਦਾ ਕਿਤੇ ਫੁਲਫਿਲ ਨਹੀਂ ਕਰ ਸਕੇ ਇਹ ਕਰ ਨਹੀਂ ਸਕੀਆਂ ਅੱਜ ਸਿੱਖ ਕੌਮ ਜਿਹੜੀ ਹੈ ਸਾਰੀ ਮਾਯੂਸ ਹੋਈ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕ੍ਰਿਟੀਰੀਆ ਦੇਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕ੍ਰਿਟੀਰੀਆ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਜੀ ਇਹ ਤਾਂ ਇਹੀ ਜਾਣਦੇ ਨੇ ਅਸੀਂ ਤਾਂ ਆਪਣੀ ਸੇਵਾ ਕਰਦੇ ਹਾਂ ਅਸੀਂ ਕੋਈ ਪੋਲੀਟੀਕਲੀ ਕਿਸੇ ਨਾਲ ਲਾਈਨ ਨਹੀਂ ਗਏ ਅਸੀਂ ਆਪਣੀ ਸੇਵਾ ਕਰ ਰਹੇ ਹਾਂ ਜੋ ਇਹਨਾਂ ਦੀ ਡਿਊਟੀ ਆ ਨਿਭਾਉਣੀ ਚਾਹੀਦੀ ਹੈ ਪੈਸਾ ਬੈਂਕਾਂ 'ਚ ਰੱਖ ਕੇ ਉਹਦੀ ਕੋਈ ਸੇਵਾ ਨਹੀਂ ਹੈ ਸਰਵਿਸ ਡਿਨਾਈਡ ਇਜ਼ ਅ ਸਰਵਿਸ ਡਿਲੇਡ ਬਿਲਕੁਲ ਅਤੇ ਇਹ ਤਾਂ ਇਹਨਾਂ ਨੂੰ ਚਾਹੀਦਾ ਅਤੇ ਬਹੁਤ ਲਰਨਡ ਬੰਦੇ ਨੇ ਜੋ ਆਹ ਐਸ ਜੀ ਪੀ ਸੀ ਔਰ ਦਿੱਲੀ ਕਮੇਟੀ ਦੇ ਵਿੱਚ ਬੈਠੇ ਨੇ ਬਹੁਤ ਅੱਗੇ ਲਰਨਡ ਬੰਦੇ ਨੇ ਮੈਂ ਇਹਨਾਂ ਨੂੰ ਕੀ ਕਹਿ ਸਕਦਾ ਪਰ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਜੋ ਤੁਹਾਨੂੰ ਗੁਰੂ ਸਾਹਿਬ ਨੇ ਇੱਕ ਰਿਸਪੋਂਸੀਬਿਲਿਟੀ ਦਿੱਤੀ ਹੈ ਜੇ ਬਿਕੋਜ਼ ਵਿਦ ਪਾਵਰ ਕਮਜ਼ ਰਿਸਪੋਂਸੀਬਿਲਿਟੀ ਬਿਲਕੁਲ ਬਿਲਕੁਲ ਠੀਕ ਹੈ ਅਤੇ ਉਹ ਤੁਸੀਂ ਰਿਸਪੋਂਸੀਬਿਲਿਟੀ ਵਧੀਆ ਤਰੀਕੇ ਨਾਲ ਨਿਭਾਓ ਹੁਣ ਮੈਂ ਕਹਿ ਨਹੀਂ ਸਕਦਾ ਉਹ ਗਲਤ ਕਰ ਰਹੇ ਚੰਗਾ ਕਰ ਰਹੇ ਉਹਨਾਂ ਨੂੰ ਪਤਾ ਹਰ ਇੱਕ ਬੰਦੇ ਨੂੰ ਪਤਾ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਉਹ ਜਦੋਂ ਤੁਸੀਂ ਸਵੇਰ ਨੂੰ ਉੱਠ ਕੇ ਆਪਣੀ ਦਸਤਾਰ ਬੰਨ੍ਹਦੇ ਹਾਂ ਅਤੇ ਤੁਸੀਂ ਸ਼ੀਸ਼ੇ 'ਚ ਦੇਖ ਰਹੇ ਹਾਂ ਉਹ ਸਾਰਾ ਕੁਝ ਉੱਥੇ ਦੇਖ ਰਿਹਾ ਸਾਰਾ ਕੁਝ ਦੇਖ ਜਾਂਦਾ ਬਿਲਕੁਲ ਅੱਜ ਤੇ ਸਮੇਂ ਦੀ ਜ਼ਰੂਰਤ ਜਿਹੜੀ ਹੈ ਉਹ ਸੋਨੇ ਵਰਗੇ ਸਿੱਖਾਂ ਦੀ ਹੈ ਪਰ ਜੋ ਸਾਡੇ ਹਾਲਾਤ ਨੇ ਕੌਮ ਦੇ ਅਸੀਂ ਗੁਰਦੁਆਰਿਆਂ ਉੱਤੇ ਸੋਨਾ ਲਗਾਈ ਜਾ ਰਹੇ ਹਾਂ ਗੁਰਦੁਆਰਿਆਂ ਨੂੰ ਚਮਕਾਉਣ 'ਤੇ ਲੱਗਿਆਂ ਕਿ ਬਹੁਤ ਵਧੀਆ ਗੁਰਦੁਆਰਾ ਹੋਏ ਪਰ ਸਾਡੀ ਕੌਮ ਦੇ ਵਿੱਚੋਂ ਜਿਹੜੇ ਸੋਨੇ ਵਰਗੇ ਸਿੱਖ ਸੀ ਅਸੀਂ ਨਵਾਬ ਕਪੂਰ ਸਿੰਘ ਦੀ ਗੱਲ ਕਰੀਏ ਜੱਸਾ ਸਿੰਘ ਆਹਲੂਵਾਲੀਆ ਦੀ ਗੱਲ ਕਰੀਏ ਬਘੇਲ ਸਿੰਘ ਦੀ ਗੱਲ ਕਰੀਏ ਦਿੱਲੀ ਫਤਿਹ ਕੀਤਾ ਜਿਨ੍ਹਾਂ ਨੇ ਉਹ ਮਾਈਨਸ ਹੁੰਦੇ ਜਾ ਰਹੇ ਨੇ ਘਟਦੇ ਜਾ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਜਿਹੜੀ ਤ੍ਰਾਸਦੀ ਇਹਦੇ ਬਾਅਦ ਗੁਰਦੁਆਰੇ ਆਪਣੇ ਬਹੁਤ ਜ਼ਰੂਰੀ ਹੈ ਸ਼ਾਨਦਾਰ ਲੱਗਣੇ ਚਾਹੀਦੇ ਨੇ ਬਿਲਕੁਲ ਸ਼ਾਨਦਾਰ ਇਨ ਦਾ ਸੈਂਸ ਦੈਟ ਸਾਡੇ ਗੁਰੂ ਦਾ ਘਰ ਹੈ ਗੁਰੂ ਗ੍ਰੰਥ ਸਾਹਿਬ ਉੱਥੇ ਪਿਆ ਹਾਂਜੀ ਸੋ ਉਹਦਾ ਜਿਹੜਾ ਸਰਾਊਂਡਿੰਗ ਹੈ ਉਹ ਵਧੀਆ ਹੋਣਾ ਚਾਹੀਦਾ ਬਿਲਕੁਲ ਪਰ ਇਹਦਾ ਇਹ ਮਤਲਬ ਨਹੀਂ ਆਪਾਂ ਉਹਦੇ ਵਿੱਚ ਗੁਆਚੀਏ ਤਾਂ ਉਹਦੇ ਵਿੱਚ ਹੀ ਲੱਗੇ ਰਹੀਏ ਹਾਂਜੀ ਜੋ ਸਾਡੀਆਂ ਬਾਕੀ ਡਿਊਟੀਜ਼ ਆ ਆਪਾਂ ਨੂੰ ਉਹ ਵੀ ਨਿਭਾਉਣੀਆਂ ਚਾਹੀਦੀਆਂ ਐਂਡ ਦੇਖੋ ਹਲੇ ਵੀ ਕੁਛ ਨਹੀਂ ਵਿਗੜਿਆ ਉਹ ਕਹਿੰਦੇ ਸ਼ੇਰ ਉਹੀ ਆ ਗਲਤ ਜੰਗਲ 'ਚ ਘੁੰਮ ਰਹੇ ਨੇ ਬਿਲਕੁਲ ਆ ਜਾਣ ਕੇ ਮੁੜ ਕੇ ਪਰਮਾਤਮਾ ਦੀ ਬਖਸ਼ਿਸ਼ ਹੋਈ ਤਾਂ ਸਭ ਆ ਜਾਣ ਕੇ ਮੁੜ ਕੇ ਜਦੋਂ ਲੋੜ ਪਈ ਜਦੋਂ ਪੰਥ 'ਤੇ ਭੀੜ ਪੈਂਦੀ ਆ ਸਭ ਆ ਜਾਂਦੇ ਸਭ ਕੁਛ ਸਹੀ ਆਪ ਹੋ ਜਾਂਦਾ ਸੋ ਆਹ ਦੋਨੇ ਚੀਜ਼ਾਂ ਇਨ ਪੈਰਲੈਲ ਬੈਲੈਂਸ ਹੋਣਾ ਚਾਹੀਦਾ ਇਹ ਵੀ ਨਹੀਂ ਜੀ ਸਾਡੇ ਗੁਰਦੁਆਰਿਆਂ ਦੇ ਸ਼ੀਸ਼ੇ ਟੁੱਟੇ ਹੋਣ ਛੱਤਾਂ 'ਚ ਆਉਂਦੀਆਂ ਹੋਣ ਇੱਕ ਇਟ ਸ਼ੁੱਡ ਬੀ ਅ ਪਲੇਸ ਆਫ ਵਰਸ਼ਿਪ ਜਿੱਥੇ ਅਸੀਂ ਜਾ ਕੇ ਅਸੀਂ ਇੱਕ ਟੋਟਲ ਕੰਟੈਂਟਮੈਂਟ ਸਾਨੂੰ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਜੀ ਉਹ ਹੁਣ ਉੱਥੇ ਜਗ੍ਹਾ 'ਚ ਹੋ ਨਹੀਂ ਸਕਦੀ ਜਿੱਥੇ ਸਾਰਾ ਕੁਛ ਨਾ ਫੰਕਸ਼ਨਿੰਗ ਹੋਵੇ ਪਰ ਐਟ ਦ ਸੇਮ ਟਾਈਮ ਸਾਡੇ ਯੂਥ ਨੂੰ ਜੋ ਸਾਡੇ ਕੌਮ ਦੇ ਲੀਡਰ ਆ ਇਹਨਾਂ ਨੂੰ ਯੂਥ ਨੂੰ ਥੋੜ੍ਹਾ ਜਿਹਾ ਮੁੜ ਕੇ ਔਨ ਟਰੈਕ ਲਿਆਉਣਾ ਚਾਹੀਦਾ ਯੂਥ ਟੋਟਲੀ ਔਫਲਾਈਨ ਜਾ ਰਿਹਾ ਕਈ ਚੀਜ਼ਾਂ 'ਚ ਆਈਦਰ ਡਰੱਗਸ ਦੇ ਵਿੱਚ ਹੋ ਗਏ ਆਈਦਰ ਟੋਟਲ ਰਿਲੀਜਨ ਨੂੰ ਭੁੱਲੀ ਜਾ ਰਹੇ ਨੇ ਬਿਲਕੁਲ ਅਤੇ ਜਾਂ ਫਿਰ
ਇੱਕ ਫਨੈਟੀਕਲਿਜ਼ਮ ਵੱਲ ਇੰਨਾ ਚੱਲੇ ਜਾ ਰਹੇ ਨੇ ਤਾਂ ਉਹ ਐਕਚੁਲੀ ਰਿਲੀਜੀਅਸ ਸਪਿਰਿਚੁਅਲ ਪੁਆਇੰਟ ਨੂੰ ਭੁੱਲ ਕੇ ਇੱਕ ਟੋਟਲ ਜੀ ਅਸੀਂ ਬਾਣਾ ਪਾ ਲਿਆ ਅਤੇ ਬਸ, ਪਰ ਉਹ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ। ਬਿਲਕੁਲ। ਸੋ ਐਜੂਕੇਸ਼ਨ, ਭੈਣ ਜੀ ਗੱਲ ਸਾਰੀ ਐਜੂਕੇਸ਼ਨ 'ਤੇ ਆਉਂਦੀ ਹੈ। ਇਗਨੋਰੈਂਸ ਬਰੀਡਸ ਇਗਨੋਰੈਂਸ। ਜਦ ਤਾਈਂ ਤੁਸੀਂ ਬੱਚਿਆਂ ਨੂੰ ਐਜੂਕੇਟ ਨਾ ਕਰੋਂਗੇ ਗੁਰਬਾਣੀ ਬਾਰੇ, ਉਹਨਾਂ ਨੂੰ ਆਪ ਨਹੀਂ ਉਹ ਚਾਹੁਣਗੇ ਇਹਨੂੰ ਅਸੀਂ ਸਿੱਖੀਏ ਕੀ ਲਿਖਿਆ ਹਰ ਇੱਕ ਪੰਨੇ ਦੇ ਉੱਤੇ, ਹਰ ਇੱਕ ਪੰਨੇ ਦੇ ਉੱਤੇ ਹਰ ਇੱਕ ਅੱਖਰ ਦੇ ਵਿੱਚ ਇੱਕ ਮੈਸੇਜ ਹੈ। ਬਿਲਕੁਲ ਠੀਕ ਗੱਲ ਕਹਿ ਰਹੇ ਹੋ ਕਿ ਇਹ ਮੈਸੇਜ ਨੂੰ ਪੜ੍ਹ ਕੇ ਸਮਝਣ ਦੀ ਜ਼ਰੂਰਤ ਹੈ, ਉਹਨੂੰ ਫੋਲੋ ਕਰਨ ਦੀ ਜ਼ਰੂਰਤ ਹੈ, ਇਕੱਲੇ ਸਮਝਣ ਦੀ ਵੀ ਨਹੀਂ ਫੋਲੋ ਕਰਨ ਦੀ। ਬਿਲਕੁਲ, ਉਹਨੂੰ ਤੁਸੀਂ ਦੇਖੋ ਜਦੋਂ ਤੁਸੀਂ ਇੱਕ ਚੀਜ਼ ਨੂੰ ਅੰਡਰਸਟੈਂਡ ਕਰ ਲੈਂਦੇ ਹੋ ਨਾ, ਫਿਰ ਉਹ ਤੁਹਾਡੀ ਜਿਹੜੀ ਬੁੱਧੀ ਹੈ ਤੁਹਾਨੂੰ ਆਪ ਦੱਸਦੀ ਹੈ ਐਕਚੁਲੀ ਮੇਰਾ ਗੁਰੂ ਸਾਹਿਬ ਇਹ ਕਹਿ ਰਿਹਾ। ਬਿਲਕੁਲ। ਬਾਣੀ ਦੇ ਵਿੱਚ ਲਿਖਿਆ ਹੋਇਆ ਵਾ ਅਬਾਊਟ ਕਲਾਈਮੇਟ ਵਾਰਮਿੰਗ, ਅੱਜ ਜੋ ਹੋ ਰਿਹਾ, ਜੋ ਪੋਲਿਊਸ਼ਨ ਹੋ ਰਿਹਾ, ਸਾਰਾ ਆਹ ਚੀਜ਼ਾਂ, ਇਟਸ ਅ ਲਾਈਫ ਸਟਾਈਲ, ਇਟਸ ਐਕਚੁਲੀ ਅ ਲਾਈਫ ਸਟਾਈਲ। ਇਹਨੂੰ ਕਨਫਿਊਜ਼ ਨਾ ਕਰੀਏ ਆਪਾਂ ਦੈਟ ਇਹ ਬਹੁਤ ਡਿਫੀਕਲਟ ਹੈ। ਇਟਸ ਅ ਵੈਰੀ ਸਿੰਪਲ ਐਂਡ ਈਜ਼ੀ ਲਾਈਫ ਸਟਾਈਲ ਟੂ ਫੋਲੋ, ਜੇ ਤੁਸੀਂ ਆਪਣੇ ਮਨ ਤੋਂ ਅਤੇ ਅੰਦਰੋਂ ਚਾਹੋ ਦੈਟ ਮੈਂ ਆਹ ਲਾਈਫ ਸਟਾਈਲ ਨੂੰ ਫੋਲੋ ਕਰਨਾ। ਬਿਲਕੁਲ। ਹਰ ਇੱਕ ਲੈਂਗੁਏਜ ਦੇ ਵਿੱਚ ਟ੍ਰਾਂਸਲੇਸ਼ਨ ਹੈ। ਅੱਜ ਕੱਲ੍ਹ ਤਾਂ ਗੂਗਲ, ਵਿਕੀਪੀਡੀਆ ਇੰਨਾ ਅਵੇਲੇਬਲ ਹੈ, 5 ਮਿੰਟ ਲੱਗਦੇ ਜੀ ਹੱਥ ਮਾਰੋ ਅਤੇ ਸਾਰੀ ਟ੍ਰਾਂਸਲੇਸ਼ਨ ਵੀ ਮਿਲ ਜਾਂਦੀ, ਸਾਰਾ ਕੁਛ ਮਿਲ ਜਾਂਦਾ। ਸੋ ਵੀ ਆਰ ਵੈਰੀ ਲੱਕੀ, ਅਸੀਂ ਇਸ ਏਜ ਦੇ ਵਿੱਚ ਅਸੀਂ ਬਹੁਤ ਬਲੈਸਡ ਹਾਂ ਤਾਂ ਸਾਨੂੰ ਇਹ ਚੀਜ਼ਾਂ ਅਵੇਲੇਬਲ ਨੇ। ਬਿਲਕੁਲ। ਜੇ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਅਸੀਂ ਗੁਰਦੁਆਰਿਆਂ ਦੀ ਗੱਲ ਕਰ ਰਹੇ ਹਾਂ, ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਅਗਰ ਪੜ੍ਹੀਏ ਤਾਂ ਗੁਰਦੁਆਰੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਹੈ। ਨਿਸ਼ਾਨ ਸਾਹਿਬ ਦਾ ਮਤਲਬ ਕਿ ਤੋਰੋ ਹੀ ਇਹ ਦੇਖ ਰਿਹਾ, ਅਗਰ ਕਿਸੇ ਭੁੱਖੇ ਨੂੰ ਜ਼ਰੂਰਤ ਹੈ ਤਾਂ ਉਹ ਜਾ ਕੇ ਉੱਥੇ ਲੰਗਰ ਸਕਦਾ ਹੈ ਨਾ। ਜੇ ਕਿਸੇ ਔਰਤ ਨੂੰ ਜ਼ਰੂਰਤ ਹੈ, ਲੋਹਗੜ੍ਹ ਕਿਲ੍ਹਾ ਹੈ ਔਰਤ ਵਾਸਤੇ ਸਭ ਤੋਂ ਸੇਫ ਪਲੇਸ ਮੰਨੀ ਜਾਂਦੀ ਹੈ, ਨਹੀਂ ਮਤਲਬ ਕਿਧਰੇ ਉਹਦੀ, ਉਹ ਗੁਰਦੁਆਰਾ ਐਵੇਂ ਜਿਹੀ ਜਗ੍ਹਾ ਉਹਦੀ ਪੱਤ ਨੂੰ ਉੱਥੇ ਖਤਰਾ ਨਹੀਂ ਹੈ। ਹਾਂ ਬਿਲਕੁਲ। ਹੈ ਨਾ, ਉਹਦੀ ਆਬਰੂ ਜਿਹੜੀ ਉੱਥੇ ਸੇਫ ਹੈਗੀ ਹੈ। ਅਤੇ ਜੇ ਅਸੀਂ ਗੱਲ ਕਰੀਏ ਕਿ ਗੁਰਦੁਆਰੇ ਜਿਹੜੇ ਵਿਦਿਆਰਥੀ ਲਈ ਪਾਠਸ਼ਾਲਾ ਨੇ, ਹੈ ਨਾ, ਜੇ ਅਸੀਂ ਨੌਲੇਜ ਲੈਣਾ ਚਾਹੁੰਦੇ ਹਾਂ ਤਾਂ ਗੁਰਦੁਆਰੇ ਆ ਜਾਈਏ ਅਤੇ ਗੁਰਦੁਆਰੇ ਆ ਕੇ ਸਾਨੂੰ ਨੌਲੇਜ ਵੀ ਮਿਲਦੀ ਹੈ। ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਅਸੀਂ ਹਰ ਸਮੇਂ ਗੁਰੂ ਸਾਹਿਬ ਕੋਲ ਮੰਗਦੇ ਹਾਂ ਕਿ ਅਸੀਂ ਉਹ ਸੇਵਾ ਸੰਭਾਲ। ਅੱਜ ਜਦੋਂ ਅਸੀਂ ਦੇਖ ਰਹੇ ਹਾਂ ਇਹ ਕੋਨਸੈਪਟ ਗੁਰਦੁਆਰਿਆਂ ਵਿੱਚੋਂ ਖਤਮ ਹੋ ਰਿਹਾ, ਜਿਵੇਂ ਤੁਸੀਂ ਕਿਹਾ ਕਿ ਸਾਡਾ ਨੌਜਵਾਨ ਜਿਹੜਾ ਹੈ ਉਹ ਹੋਰ ਹੀ ਪਾਸੇ ਜਾਈ ਜਾ ਰਿਹਾ। ਜੇ ਅਸੀਂ ਡਰੱਗ ਦੀ ਗੱਲ ਕਰਦੇ ਹਾਂ, ਜੇ ਅਸੀਂ ਸਿੱਖੀ ਸਰੂਪ ਦੀ ਗੱਲ ਕਰਦੇ ਹਾਂ, ਕਿਸੇ ਪਾਸੇ ਵੀ ਨੌਜਵਾਨ ਨਹੀਂ ਸੰਭਾਲ ਪਾ ਰਿਹਾ। ਰੀਜ਼ਨ ਕੀ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ? ਭੈਣ ਜੀ ਇਹ ਬਿਜ਼ਨਸ ਬਣ ਗਏ ਨੇ। ਹਾਂਜੀ, ਗੁਰਦੁਆਰੇ ਜਿਹੜੇ ਆ ਇਹ ਬਿਜ਼ਨਸ ਬਣ ਗਏ ਨੇ। ਹਾਂਜੀ, ਇਹ ਇਟਸ ਮੋਰ ਦਾ ਟੇਕਿੰਗ ਕਿੰਨੀ ਹੁੰਦੀ ਆ, ਸਾਡੀ ਗੋਲਕ 'ਚ ਪੈਸਾ ਕਿੰਨਾ ਹੁੰਦਾ। ਬਿਲਕੁਲ। ਇਹ 'ਚ ਇਹ ਨਿਗਾਹ ਦਾ ਅਸੀਂ ਵਾਪਸ ਕਿੰਨਾ ਲਾਉਣਾ, ਇੱਕ ਇਹ ਬਿਜ਼ਨਸ ਬਣ ਗਿਆ। ਇਹ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਅੱਜ ਉਹ ਦੋਨੇ ਚੀਜ਼ਾਂ ਨੂੰ, ਕੰਪੈਸ਼ਨ ਅਤੇ ਬਿਜ਼ਨਸ ਨੂੰ ਬਹੁਤ ਡਿਫੀਕਲਟ ਹੈ ਰਨ ਕਰਨਾ। ਬਿਲਕੁਲ। ਸੋ ਆਪਾਂ ਗੁਰਦੁਆਰਿਆਂ ਨੂੰ ਬਿਜ਼ਨਸ ਨਾ ਬਣਾਈਏ, ਕਮੇਟੀਆਂ ਚੱਕੋ, ਸੇਵਾਦਾਰ ਬਣ ਕੇ ਸੇਵਾ ਕਰੋ, ਰਿਸਪੋਂਸੀਬਿਲਟੀਆਂ ਲਓ, ਉਹਦੇ ਨਾਲ ਲੱਭੋ ਜੀ ਮੈਂ ਪ੍ਰਧਾਨ ਹਾਂ, ਜੀ ਮੈਂ ਫਾਈਨੈਂਸ ਮਿਨਿਸਟਰ ਹਾਂ, ਮੈਂ ਇਹ ਹਾਂ, ਮੈਂ ਫਲਾਨਾ ਵਾਂ। ਤੁਸੀਂ ਇੱਕ ਸੇਵਾਦਾਰ ਹਾਂ, ਤੁਸੀਂ ਗੁਰੂ ਦੇ ਘਰ ਦੇ ਕੁੱਕਰ ਹਾਂ, ਉੱਥੇ ਜਾ ਕੇ ਸੇਵਾ ਕਰੋ। ਇੱਕ ਆਪਣੀ ਰਿਸਪੋਂਸੀਬਿਲਟੀ ਲੈ ਲਓ, ਆ ਮੇਰੀ ਰਿਸਪੋਂਸੀਬਿਲਟੀ ਆ। ਵੋਟਾਂ ਦਾ ਚੱਕਰ ਹੀ ਨਹੀਂ ਹੋਣਾ ਚਾਹੀਦਾ ਗੁਰਦੁਆਰੇ ਦੇ ਵਿੱਚ, ਪੱਗਾਂ ਲਿੱਥ ਜਾਂਦੀਆਂ, ਕਿਰਪਾਨਾਂ ਚੱਲਣ ਲੱਗ ਪੈਂਦੀਆਂ। ਬਿਲਕੁਲ। ਪ੍ਰਧਾਨਗੀਆਂ ਪਿੱਛੇ, ਪ੍ਰਧਾਨਗੀਆਂ ਪਿੱਛੇ ਅਤੇ ਗੋਲਕ ਪਿੱਛੇ। ਹਾਂਜੀ, ਅਲਟੀਮੇਟਲੀ ਉਹ ਗੋਲਕ ਦੀ ਗੱਲ ਆਉਂਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ। ਹਾਂਜੀ, ਅਲਟੀਮੇਟਲੀ ਨਿਗਾਰ ਦਾ ਜਿਹੜਾ ਕਾਰਨ ਇਹ ਹੈਗਾ ਜਿਹੜਾ ਤੁਸੀਂ ਹੁਣ ਕਿਹਾ, ਐਕਚੁਅਲ ਵਿੱਚ ਜਿਹੜਾ ਕਿ ਅਸੀਂ ਗੱਲ ਗੋਲਕ ਦੀ ਗੱਲ ਹੈ ਤਾਂ ਗੋਲਕ ਦੀ, ਪਰ ਉਹ ਸਾਇਲੈਂਟਲੀ ਉਹਨੂੰ ਸਾਹਮਣੇ ਨਹੀਂ ਆਉਣ ਦਿੰਦੇ, ਉਹਦੇ ਪਿੱਛੇ ਕਿਰਪਾਨਾਂ ਚੱਲ ਰਹੀਆਂ ਨੇ, ਜਿਹੜੀਆਂ ਪੱਗਾਂ ਜਿਹੜੀਆਂ ਨੇ ਉਹ ਲੱਥ ਰਹੀਆਂ ਨੇ। ਸਿੱਖੀ, ਅੱਜ ਤੁਹਾਡੀ ਗੱਲ ਤੋਂ ਮੈਨੂੰ ਨਹੀਂ ਪਤਾ ਕਿ ਸਿੱਖ ਇਤਿਹਾਸ ਤੋਂ ਕਿਸ ਤਰੀਕੇ ਨਾਲ ਕਿੰਨਾ ਕੁ ਵਾਕਫ ਹੋ, ਪਰ ਅੱਜ ਜਿਹੜੀ ਚੀਜ਼ ਮੈਂ ਰਿਪੀਟ ਮੇਰਾ ਮਾਇੰਡ ਕਰ ਰਿਹਾ ਉਹ ਯਾਦ ਆ ਰਹੀ ਹੈ ਮੈਨੂੰ, ਨਵਾਬ ਕਪੂਰ ਸਿੰਘ ਦੀ ਸਿੱਖੀ। ਨਵਾਬ ਕਪੂਰ ਸਿੰਘ ਘੋੜਿਆਂ ਦੀ ਲਿੱਤ ਦੀ ਸੇਵਾ ਕਰਦੇ ਸੀ, ਉਹਨਾਂ ਨੂੰ ਨਵਾਬੀ ਮਿਲੀ ਅਤੇ ਗੁਰੂ ਸਾਹਿਬ ਨੇ ਕਿਹਾ ਮੈਂ ਨਵਾਬੀ ਤਾਂ ਲੈਣੀ ਹੈ ਜੇ ਮੇਰੇ ਕੋਲ ਸੇਵਾ ਨਹੀਂ ਖੋਈ ਜਾਏਗੀ, ਤਾਂ ਅਦਰਵਾਈਜ਼ ਮੈਨੂੰ ਇਹ ਨਵਾਬੀ ਨਹੀਂ ਚਾਹੀਦੀ। ਅੱਜ ਦੇ ਸਮੇਂ ਨੂੰ ਅਗਰ ਕੰਪੇਅਰ ਕਰੀਏ, ਉਸ ਟਾਈਮ ਵੀ ਨਵਾਬੀਆਂ ਗੁਰੂ ਸਾਹਿਬ ਨੇ ਵੰਡੀਆਂ ਸੀ, ਔਰ ਸਾਨੂੰ ਨਵਾਬੀ ਤਾਂ ਦਸਤਾਰਾਂ ਦੇ ਨਾਲ ਆਲਰੇਡੀ ਦਿੱਤੀ ਹੈ। ਜਿਵੇਂ ਤੁਸੀਂ ਗੱਲ ਕਹੀ ਕਿ ਅਸੀਂ ਬਾਣਿਆਂ ਦੇ ਵਿੱਚ ਸਾਬਤ ਸੂਰਤ ਰਹਿਣ ਦੀ ਉਹ ਗੱਲ ਕਰ ਰਿਹਾ, ਪਰ ਬਾਣਿਆਂ ਦੇ ਅੰਦਰ ਕੀ ਹੈ ਉਹ ਅਸੀਂ ਭੁੱਲ ਗਏ। ਮਤਲਬ ਸਾਡੇ ਅੰਦਰੋਂ ਇੱਕ ਸਿੱਖ ਖਤਮ ਹੋ ਗਿਆ, ਬਾਣੇ ਜ਼ਰੂਰ ਸਾਡੇ ਕੋਲ ਰਹਿ ਗਏ। ਅਤੇ ਜੇ ਅਸੀਂ ਗੱਲ ਕਰ ਰਹੇ ਹਾਂ ਅੱਜ ਨਵਾਬੀਆਂ ਦੀ, ਗੁਰੂ ਸਾਹਿਬ ਨੇ ਸਾਨੂੰ ਬਾਏ ਬਰਥ ਸਿੱਖ ਬਣਾਇਆ, ਲੀਡਰ ਬਣਾਇਆ, ਸਰਦਾਰ ਬਣਾਇਆ, ਜਿਹਨੂੰ ਸਰਦਾਰ ਦਾ ਮਤਲਬ ਹੀ ਨੇਤਾ ਹੈ, ਲੀਡਰ ਹੈ ਗਰੁੱਪ ਦਾ। ਅਸੀਂ ਉਹ ਖਤਮ ਕਰ ਚੁੱਕੇ ਹਾਂ ਕੌਮ ਦੇ ਵਿੱਚੋਂ। ਤੁਸੀਂ ਆਲ ਓਵਰ ਵਰਲਡ ਘੁੰਮ ਰਹੇ ਹੋ, ਗਲੋਬਲੀ ਤੁਸੀਂ ਕੰਮ ਕਰ ਰਹੇ ਹੋ। ਹਾਂਜੀ।
ਕੀ ਮਹਿਸੂਸ ਕਰਦੇ ਹੋ, ਕਿੱਥੇ ਸਿੱਖੀ ਦੀ ਹਾਲਤ ਜਿਹੜੀ ਹੈ ਕੁਛ ਵਧੀਆ ਹੈ ਔਰ ਕਿੱਥੇ ਜਿਹੜੀ ਹੈ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ? ਸਿੱਖੀ ਇੱਕ ਇੰਨੀ ਬਿਊਟੀਫੁਲ ਰਿਲੀਜਨ ਹੈ, ਹਾਂਜੀ, ਇੰਨੀ ਯੰਗ ਰਿਲੀਜਨ ਹੈ, ਹਾਂਜੀ, ਇੰਨੀ ਡਾਕੂਮੈਂਟਡ ਰਿਲੀਜਨ ਹੈ, ਹੋਰ ਕੋਈ ਰਿਲੀਜਨ ਹੈ ਨਹੀਂ ਜਿੰਨੀ ਜੋ ਇਹਦੇ ਵਿੱਚ ਡਾਕੂਮੈਂਟ ਐਂਡ ਹਿਸਟਰੀ ਹੈ, ਹਾਂਜੀ, ਐਂਡ ਫੈਕਚੁਅਲ ਹੈ, ਹਾਂਜੀ. ਪਰ ਅਸੀਂ ਕੀ ਕਰ ਰਹੇ ਹਾਂ, ਅਸੀਂ ਇਸ ਨੂੰ ਇੱਕ ਬਿਜ਼ਨਸ ਬਣਾ ਲਿਆ. ਬਿਲਕੁਲ. ਅਸੀਂ ਉਹਦੇ ਵਿੱਚ ਦੇਖਦੇ ਹਾਂ ਤਾਂ ਸਾਡਾ ਕਾਰੋਬਾਰ ਕਿੱਦਾਂ ਚੱਲੇਗਾ, ਅਸੀਂ ਆਪਣਾ ਇਸ ਨੂੰ ਬਿਜ਼ਨਸ ਕਿੱਦਾਂ ਚਲਾ ਸਕਦੇ ਹਾਂ. ਮੁੜ ਕੇ ਭੈਣ ਜੀ ਉਹੀ ਗੱਲ ਆਉਂਦੀ. ਹੁਣ ਅਸੀਂ, ਮੈਂ ਤੁਹਾਨੂੰ ਸਿਰਫ ਜੋ ਅਸੀਂ ਹੱਥੀਂ ਕਰ ਰਹੇ ਹਾਂ ਜਾਂ ਦੇਖ ਰਹੇ ਹਾਂ, ਹੁਣ ਅਸੀਂ ਗੁਰਦੁਆਰਾ ਸ਼ੈਪਰਡਸ ਬੋਸ਼ ਸੈਂਟਰਲ ਖਾਲਸਾ ਜਥਾ ਗੁਰਦੁਆਰਾ ਜੋ ਹੈ ਉਹਦੇ ਵਿੱਚ ਅਸੀਂ ਕਮੇਟੀ ਅੜਾਤੀ ਹੈ. ਕਮੇਟੀ ਹੈ ਕਾਗਜ਼ਾਂ ਦੇ ਵਿੱਚ, ਇੱਕਦਮ ਸਾਈਡਲਾਈਨ ਕਰਤੀ ਹੈ. ਉਹਨਾਂ ਨੂੰ ਅਸੀਂ ਦੇਤਾ ਰੋਲ ਐਜ਼ ਆਨਰੀ ਕੌਂਸਲ. ਤਾਂ ਜਦੋਂ ਸਾਨੂੰ ਐਡਵਾਈਸ ਦੀ ਲੋੜ ਹੋਊਗੀ ਅਸੀਂ ਤੁਹਾਡੇ ਕੋਲ ਆਵਾਂਗੇ, ਤੁਸੀਂ ਸਾਡੇ ਵੱਡੇ ਹੋ. ਬਹੁਤ ਵਧੀਆ, ਇਹ ਬੜੀ ਵੱਡੀ ਐਗਜ਼ਾਮਪਲ ਹੈ ਸਾਰੇ ਸਿੱਖ ਕੌਮ ਦੇ ਲਈ ਕਿ ਸਾਨੂੰ ਇਸ ਪਾਸੇ ਚੱਲਣ ਦੀ ਜ਼ਰੂਰਤ ਹੈ. ਉਹਨਾਂ ਨੂੰ ਅਸੀਂ ਆਨਰੀ ਕਾਉਂਸਲ ਬਣਾਤਾ. ਫਿਰ ਅਸੀਂ ਜੋ ਗੁਰਦੁਆਰਾ ਰਨ ਕਰ ਰਹੇ ਨੇ ਉਹ ਹੈਗੇ ਡਾਕਟਰਸ, ਲੋਇਰਸ, ਸੇਵਾਦਾਰ. ਕੋਈ ਸੈਲਰੀ ਨਹੀਂ ਉਹਨਾਂ ਦੀ, ਕੋਈ ਅਹੁਦਾ ਨਹੀਂ. ਉਹਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲੀਆਂ. ਹਾਂਜੀ. ਤੇ ਜਦੋਂ ਉਹ ਡਿਊਟੀ ਨਹੀਂ ਕਰ ਸਕਦੇ ਉਹ ਦੂਜੇ ਬੰਦੇ ਨੂੰ ਹੈਂਡਓਵਰ ਕਰ ਦਿੰਦੇ ਨੇ. ਹਾਂਜੀ. ਉਹ ਇੱਕ ਰਿਸਪੋਂਸਿਬਿਲਿਟੀ ਹੈ. ਐਂਡ ਗੁਰਦੁਆਰੇ ਸਾਹਿਬ 'ਚ ਭੈਣ ਜੀ ਕਿੱਥੇ 10 ਬੰਦੇ ਮੱਥਾ ਟੇਕਣ ਆਉਂਦੇ ਸੀਗੇ, ਹੁਣ ਜਦੋਂ ਕੋਈ ਵੱਡਾ ਫੰਕਸ਼ਨ ਲੱਗਦਾ 1500 ਤੋਂ ਲੈ ਕੇ 3000 ਬੰਦਾ ਮੱਥਾ ਟੇਕਣ ਆਉਂਦਾ ਉੱਥੇ, ਬਿਕੋਜ਼ ਉਹਦਾ ਐਟਮੋਸਫੀਅਰ ਚੇਂਜ ਹੋ ਗਿਆ. ਕੋਈ ਪੋਲੀਟੀਕਲ ਗੱਲ ਨਹੀਂ ਅਸੀਂ ਸਟੇਜ 'ਤੇ ਹੋਣ ਦੇਈਦੀ, ਸਿਰਫ ਉਹ ਸਿਰਫ ਗੁਰੂ ਦੀ ਗੱਲ ਹੈ. ਕੋਈ ਇਹਦਾ ਇਹ ਨਹੀਂ ਕਿ ਲੇਡੀਜ਼ ਨਹੀਂ ਆ ਕਰ ਸਕਦੀਆਂ, ਉਹ ਨਹੀਂ ਕਰ ਸਕਦੀ. ਇਟਸ ਅ ਵੈਰੀ ਓਪਨ ਪਲੇਨ ਫੀਲਡ. ਗੋਲਕ ਗਿਣੀਦੀ ਆ, ਸੰਗਤ ਗਿਣਦੀ ਆ. ਸੰਗਤ ਨੂੰ ਨੋਟਿਸ ਵਟਸਐਪ ਗਰੁੱਪ 'ਤੇ ਚੱਲ ਜਾਈਦਾ ਤਾਂ ਆਹ ਦਿਨ ਨੂੰ ਗੋਲਕ ਗਿਣਨੀ ਆ, ਪਲੀਜ਼ ਆ ਕੇ ਗੋਲਕ ਦੀ ਸੇਵਾ ਕਰੋ. ਗੋਲਕ ਖੁੱਲ੍ਹਦੀ ਆ, ਲਾਈਵ ਕੈਮਰੇ ਹੁੰਦੇ ਆ, ਰਿਕੋਰਡਿੰਗ ਵੱਖਰੀ ਹੁੰਦੀ ਆ, ਉਹ ਰਿਕੋਰਡਿੰਗ ਫਿਰ ਜਮ੍ਹਾਂ ਕੀਤੀ ਜਾਂਦੀ ਆ, ਫਿਰ ਉਹ ਸੇਵਾਦਾਰ ਨੂੰ ਉਹ ਪੈਸੇ ਦਿੱਤੇ ਜਾਂਦੇ ਤਾਂ ਤੁਸੀਂ ਜਾ ਕੇ ਬੈਂਕ 'ਚ ਰੱਖ ਦੇਣੇ ਆ. ਬਿਲਕੁਲ. ਸੋ ਇਹ ਹੁਣ ਸਿਸਟਮ ਹੋ ਗਿਆ. ਇਹ 'ਚ ਕੋਈ ਰੀਜ਼ਨ ਨਹੀਂ ਕਿ ਕਿਰਪਾਨ ਚੱਲੇ ਜਾਂ ਕੋਈ ਵੱਧ ਘੱਟ ਹੋਵੇ ਜਾਂ ਕਿਸੇ ਦੀ ਦਸਤਾਰ ਲਿੱਥੇ. ਹਾਂਜੀ. ਕੋਈ ਹੈ ਹੀ ਨਿਗਾ ਰੀਜ਼ਨ ਇਹਦੇ ਵਿੱਚ, ਬਿਕੋਜ਼ ਇਟਸ ਆਲ ਟ੍ਰਾਂਸਪੈਰੈਂਟ. ਬਿਲਕੁਲ. ਆਪਾਂ ਜਦ ਤਾਈਂ ਟ੍ਰਾਂਸਪੈਰੈਂਸੀ ਨਾ ਲਿਆਈਏ, ਯੂਥ ਨੂੰ ਨਾ ਇਨਵੋਲਵ ਕਰੀਏ. ਬਿਲਕੁਲ. ਸਭ ਤੋਂ ਵੱਡੀ ਗੱਲ ਇਹ ਵੇ ਕਿ ਅੱਜ ਦਾ ਯੂਥ ਹੀ ਚੇਂਜ ਲਿਆ ਸਕਦਾ ਹੈ, ਪਰ ਯੂਥ ਨੂੰ ਹੀ ਅਸੀਂ ਦੂਰ ਕਰ ਦਿੱਤਾ. ਦੇਖੋ, ਜਿਹਨੂੰ ਘਰ ਕੋਈ ਨਹੀਂ ਪੁੱਛਦਾ. ਹਾਂ ਹਾਂਜੀ. ਜਿਹਦੀ ਘਰ ਨੂੰ ਕੋਈ ਨਹੀਂ ਪੁੱਛਦਾ ਉਹ ਆ ਕੇ ਪ੍ਰਧਾਨਗੀ ਲੈ ਲੈਂਦਾ ਜਾਂ ਉਹ ਕੋਈ ਕੋਈ ਕਮੇਟੀ 'ਚ ਬਹਿ ਜਾਂਦਾ ਅਤੇ ਉਹ ਫਿਰ ਆਪਣੀ ਜੋ ਘਰ ਕਰਨਾ ਚਾਹੁੰਦਾ ਉਹ ਗੁਰਦੁਆਰੇ ਧੱਕਾ ਕਰ ਰਹੇ ਨੇ. ਬਿਲਕੁਲ. ਅਤੇ ਦੇਖੋ, ਜੋ ਯੂਥ ਆ ਨਾ ਉਹਨਾਂ ਨੇ ਅੱਗੇ ਲੈ ਕੇ ਜਾਣਾ. ਬਿਲਕੁਲ. ਜਾਂ ਫਿਰ ਜਿਵੇਂ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਕਿ ਬਿਜ਼ਨਸ ਹੈ, ਮੈਂ ਚਲਾ ਰਹੀ ਸੀ, ਹੁਣ ਮੇਰਾ ਬੱਚਾ ਹੀ ਆ ਕੇ ਸੰਭਾਲੇਗਾ. ਉਸ ਤੋਂ ਬਾਅਦ ਮਤਲਬ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈ ਪ੍ਰਧਾਨਗੀ ਉਹ ਚੱਲਦੀ ਆ ਰਹੀ ਹੈ ਵੀ ਮੈਂ ਪ੍ਰਧਾਨ ਹਾਂ ਅਤੇ ਬੱਚਾ ਜੰਮਿਆ, ਹੁਣ ਆਲਰੇਡੀ ਉਹ ਜੰਮਦਿਆਂ ਸਾਰੀ ਪ੍ਰਧਾਨ ਹੈਗਾ ਗੁਰਦੁਆਰੇ ਦਾ. ਉਹ ਇੱਦਾਂ ਨਹੀਂ ਹੋਣੀ ਚਾਹੀਦੀ. ਉਹ ਤਾਂ ਜੋ ਬੰਦਾ ਬੈਸਟ ਹੈ. ਫਿਰ ਆਪਣੇ 'ਚ ਕੀ ਹੈ, ਅਸੀਂ ਜੋ ਸਾਡੇ ਗ੍ਰੰਥੀ ਨੇ ਜਾਂ ਜੋ ਸੇਵਾਦਾਰ ਨੇ ਜਾਂ ਜੋ ਗੁਰਦੁਆਰਾ ਸੰਭਾਲਦੇ ਨੇ, ਜੋ ਉਹਨਾਂ ਦੀ ਜਿੱਦਾਂ ਸਪੋਜ਼ ਕਰੋ ਕੀਰਤਨੀ ਨੇ. ਹਾਂਜੀ. ਹੁਣ ਅਸੀਂ ਕੋਈ ਸਿੰਗਰ ਬੁੱਕ ਕਰਨਾ ਤਾਂ ਮੈਂ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਲੈਵਲ ਹੁੰਦਾ. ਬਿਲਕੁਲ. ਉਹਨਾਂ ਨੂੰ ਅਸੀਂ 10 ਲੱਖ 15 ਲੱਖ ਰੁਪਈਆ ਵਿਆਹ ਦੇ ਲਈ ਇੱਕ ਰਾਤ ਦੇ ਲਈ ਅਸੀਂ ਲਿਆਉਣਾ. ਹਾਂਜੀ. ਫਿਰ ਉਹਨਾਂ ਦੇ ਉੱਤੇ ਪੈਸਾ ਸਿੱਟਣਾ. ਬਿਲਕੁਲ. ਮੈਂ ਆਪ ਕੀਤਾ. ਹਾਂਜੀ. ਮੇਰੇ ਸਭ ਦੋਸਤ ਆ ਐਸੀ ਲਾਈਨ 'ਚ, ਸਾਡਾ ਕੋਈ ਕੀਰਤਨੀਆ ਜਥਾ ਆ ਜਾਵੇ. ਹਾਂਜੀ. ਜਾਂ ਉਹਨਾਂ 'ਚੋਂ ਇੱਕ ਵੀ ਹੈ ਨਾ ਕੋਈ ਐਕਸਟਰਾ ਚੀਜ਼ ਮੰਗ ਲਵੇ ਜਾਂ ਕੋਈ ਅਸੀਂ ਬਿਜ਼ਨਸ ਕਲਾਸ ਟਿਕਟ ਲੈਣੀ ਆ. ਹਾਂਜੀ. ਉਹ ਇੱਦਾਂ ਪਹਾੜ ਆ ਜਾਂਦਾ ਜੀ, ਤੁਹਾਡੀ ਜ਼ਰੂਰਤ ਕਿੱਦਾਂ ਪਈ ਹੈ ਮੰਗਣ ਦੀ? ਬਿਲਕੁਲ. ਇਹਨਾਂ ਨੂੰ ਕਿੰਨੇ ਪੈਸੇ ਦੇਣੇ ਜੀ? ਬਸ ਦੇ ਦਿਉ ਇਹਨਾਂ ਨੂੰ 500 ਪਾਉਂਡ ਦੇ ਦਿਉ. ਮੈਂ ਕਹਿੰਦਾ ਉਹਨਾਂ ਨੂੰ 500 ਨਹੀਂ, ਤੁਸੀਂ ਉਹਨਾਂ ਨੂੰ 5000 ਪਾਉਂਡ ਦਿਉ, ਫਿਰ ਅਗਲੇ ਇਹ ਲਾਈਨ ਨੂੰ ਛੱਡਣ ਨਾ. ਬਿਲਕੁਲ. ਐਕਚੁਲੀ ਆਪਣੇ ਬੱਚਿਆਂ ਨੂੰ ਵੀ ਇਸ ਲਾਈਨ 'ਚ ਲਿਆਉਣ. ਹਾਂਜੀ. ਤਾਂ ਦੇਖੋ, ਅਲਟੀਮੇਟਲੀ ਹਰ ਇੱਕ ਬੰਦਾ ਚਾਹੁੰਦਾ ਮੇਰਾ ਬੱਚਾ ਪੜ੍ਹੇ, ਸਾਡਾ ਘਰ ਵਧੀਆ ਹੋਵੇ. ਬਿਲਕੁਲ. ਹਰ ਇੱਕ ਚੀਜ਼ ਫੈਸਿਲਿਟੀ ਹੋਵੇ. ਹਾਂਜੀ. ਅਤੇ ਜੇ ਉਹ ਨੌਕਰੀ ਜਾਂ ਉਹ ਤੁਹਾਨੂੰ ਉਹ ਕੰਮ ਨਹੀਂ ਦੇ ਰਿਹਾ, ਫਿਰ ਤੁਸੀਂ ਓਬਵੀਅਸਲੀ ਦੂਸਰੀ ਲਾਈਨ ਫੜਨੀ ਹੈ. ਫਿਰ ਢੋਲਕੀਆਂ ਛੈਣੇ ਚੱਕ ਲਓ ਅਤੇ ਤੂੰਬੀਆਂ ਫੜ ਲਓ. ਅਤੇ ਨੈਚੁਰਲੀ ਬੰਦਾ ਕਹਿੰਦਾ ਯਾਰ ਮੈਨੂੰ ਨਹੀਂ ਰੋਟੀ, ਮੇਰਾ ਨਹੀਂ ਘਰ ਚੱਲਦਾ ਇਸ ਨਾਲ. ਸੋ ਇਟਸ ਆਵਰ ਰਿਸਪੋਂਸੀਬਿਲਿਟੀ, ਜੋ ਕਮੇਟੀਆਂ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ. ਤਾਂ ਜੋ ਕੀਰਤਨ ਵਾਲੇ ਆ ਉਹਨਾਂ ਨੂੰ ਤੁਸੀਂ ਵੱਧ ਕੇ ਮੈਕਸੀਮਮ ਪੈਸਾ ਦਿਉ, ਸੈਲਰੀਆਂ ਵਧੀਆ ਦਿਉ, ਐਜੂਕੇਸ਼ਨ ਵਧੀਆ ਕਰੋ,
ਜੋ ਗਿਆਨੀ ਕਰ ਰਹੇ ਨੇ ਜਾਂ ਜੋ ਹੋਰ ਵੀ ਆ, ਮੈਨੂੰ ਹੁਣ ਪੂਰਾ ਨਹੀਂ ਪਤਾ, ਜੋ ਵੀ ਆ ਵਧੀਆ, ਜਿੱਦਾਂ PhD ਆ ਜਾਂ ਜੋ ਵੀ ਉਹਨਾਂ ਦੇ ਗ੍ਰੇਡਸ ਆ ਇਹਦੇ ਵਿੱਚ, ਉਹ ਕਰਨ, ਪਰ ਉਸ ਹਿਸਾਬ ਨਾਲ ਉਹਨਾਂ ਦੀਆਂ ਸੈਲਰੀਆਂ ਦਿੱਤੀਆਂ ਜਾਣ, ਬਿਲਕੁਲ ਉਸ ਹਿਸਾਬ ਨਾਲ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਸੈਲਰੀਆਂ ਦਿੱਤੀਆਂ ਜਾਣ, ਅਤੇ ਯੰਗ ਜਨਰੇਸ਼ਨ ਜਿਹੜਾ ਵਾ ਉਹ ਆਵੇ, ਸਿੱਖ ਹਿਸਟਰੀ ਦੀ ਜਿਹੜੀ ਨੌਲੇਜ ਰੱਖੇ ਉਹਦੇ ਬਾਰੇ ਪੜ੍ਹੇ, ਨੌਲੇਜ ਗੁਰਬਾਣੀ ਦੀ ਨੌਲੇਜ, ਗੁਰਬਾਣੀ ਦੀ ਨੌਲੇਜ ਜੋ ਗੁਰਬਾਣੀ ਕਹਿੰਦੀ ਹੈ ਉਹਦੀ ਪੂਰੀ ਨੌਲੇਜ ਹੋਵੇ, ਉਹ ਫਿਰ ਅੱਗੇ ਆਪਣੀ ਗੱਲ ਚੱਲੇਗੀ। ਗਲੋਬਲ ਸਿੱਖ ਜਿਹੜਾ ਸੇਵਾ ਟਰਸਟ ਤੁਸੀਂ ਬਣਾਇਆ, ਕੁਛ ਉਹਦੇ ਵਿੱਚ ਵੀ ਇਵੇਂ ਜਿਹਾ ਪਲਾਨ ਕਰ ਰਹੇ ਹੋ ਕਿ ਸਿੱਖ ਹਿਸਟਰੀ, ਸਿੱਖ ਗੁਰਬਾਣੀ ਨਾਲ ਰਿਲੇਟਡ ਵੀ ਐਜੂਕੇਸ਼ਨ ਜਿਹੜੀ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਇੱਕ ਪਲੈਟਫਾਰਮ ਦਿੱਤਾ ਜਾਏ? ਜ਼ਰੂਰ ਜ਼ਰੂਰ। ਦੇਖੋ ਜੀ, ਐਜੂਕੇਸ਼ਨ ਇਜ਼ ਪਾਵਰ, ਨੌਲੇਜ ਇਜ਼ ਪਾਵਰ। ਬਿਲਕੁਲ। ਕਿਸੇ ਤੁਸੀਂ ਸੋਸਾਇਟੀ ਨੂੰ ਜਾਂ ਕਿਸੇ ਕੌਮ ਨੂੰ ਡਿਸੇਬਲ ਕਰਨਾ ਹੋਵੇ ਨਾ, ਉੱਥੋਂ ਐਜੂਕੇਸ਼ਨ ਖੋਲੋ। ਬਿਲਕੁਲ। ਅੰਦਰ ਡਿਸੇਬਲਡ, ਹਾਂਜੀ, ਐਜੂਕੇਸ਼ਨ ਇਜ਼ ਪਾਵਰ। ਦੇਖੋ, ਜਿਸ ਨੇ ਜ਼ਰੂਰੀ ਨਹੀਂ ਕਹਿੰਦਾ ਤੁਸੀਂ ਸਿੱਖੀ ਪੜ੍ਹੋ, ਮੈਂ ਸਾਡੀ ਹੁਣ ਜਿਹੜੀ ਵਿਰਦੀ ਫਾਊਂਡੇਸ਼ਨ ਹੈ, ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਪੈਸੇ ਦਿੰਦੇ ਹਾਂ, ਅਸੀਂ PhD ਤੱਕ ਕਰਾਉਂਦੇ ਹਾਂ, ਸਾਡੀ ਇੱਕੋ ਕੰਡੀਸ਼ਨ ਹੁੰਦੀ ਹੈ, ਜੇ ਤੁਸੀਂ ਕੁਆਲੀਫਾਈ ਹੋ ਗਏ, ਤੁਹਾਨੂੰ ਜੋਬ ਮਿਲ ਗਈ, ਕਿਤੇ ਨਾ ਕਿਤੇ ਸਾਡੇ ਥਰੂ ਨਹੀਂ, ਕਿਸੇ ਹੋਰ ਬੱਚੇ ਨੂੰ ਸਪੋਂਸਰ ਕਰ ਦਿਓ, ਉਹਨੂੰ ਐਜੂਕੇਸ਼ਨ ਦਿਓ, ਅਤੇ ਉਹਨੂੰ ਚੇਂਜ ਚੱਲਦੀ ਰਹੇਗੀ, ਚੇਂਜ ਚੱਲਦੀ ਰਹੇ। ਐਂਡ ਇਫ ਯੂਅਰ ਅ ਸਿੱਖ ਦੈਨ ਪ੍ਰੀਚ ਸਿੱਖਇਜ਼ਮ, ਇਫ ਯੂਅਰ ਅ ਮੁਸਲਿਮ ਦੈਨ ਪ੍ਰੀਚ ਇਸਲਾਮ। ਬਿਲਕੁਲ। ਇਹ ਨਿਗਾ ਦੀ ਅਸੀਂ, ਮੈਂ ਸਿੱਖਾਂ ਅਤੇ ਮੈਂ ਸਿੱਖਾਂ ਦੀ ਹੈਲਪ ਕਰਨੀ ਹੈ। ਬਿਲਕੁਲ। ਜਾਂ ਮੈਂ, ਦੇਖੋ ਸਾਡੀ ਜਿਹੜੀ ਫਾਊਂਡੇਸ਼ਨ ਹੈ ਇਟਸ ਅਕ੍ਰੋਸ ਦ ਬੋਰਡ, ਇਸਦਾ ਮੰਦਰ 'ਚ ਵੀ ਪੈਸੇ ਦੇਈਦੇ ਆ, ਮਾਸਕ 'ਚ ਵੀ ਦੇਈਦੇ ਆ, ਗੁਰਦੁਆਰਿਆਂ 'ਚ ਵੀ ਦੇਈਦੇ ਆ। ਬਿਲਕੁਲ। ਬਿਕੋਜ਼ ਜੋ ਚੈਰਿਟੀ ਹੈ ਇਟ ਹੈਜ਼ ਨੋ ਰੇਸ, ਨੋ ਕਲਰ, ਨੋ ਕ੍ਰੀਡ। ਬਿਲਕੁਲ। ਸਾਨੂੰ ਗੁਰੂ ਸਾਹਿਬ ਨੇ ਜਿਹੜਾ ਮੈਸੇਜ ਦਿੱਤਾ ਉਹ ਮੈਸੇਜ ਵੀ ਇਹੀ ਸੀ, ਜੇ ਅਸੀਂ ਗੱਲ ਕਰਦੇ ਹਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ, ਹਿੰਦ ਦੀ ਚਾਦਰ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਕੁਰਬਾਨੀ ਦਿੱਤੀ, ਉਸ ਸਮੇਂ ਮਤਲਬ ਕਿਹੜਾ ਟਾਈਮ ਸੀ ਜਦੋਂ ਅਸੀਂ ਕਿਸੇ ਧਰਮ ਦੀ ਗੱਲ ਹੀ ਨਹੀਂ ਕਰ ਸਕਦੇ ਸੀ। ਅੱਜ ਜਿਹੜੀ ਗੱਲ ਹੈ ਕਿ ਵਾਕਈ ਕੋਈ ਵੀ ਮਜ਼ਹਬ ਜਿਹੜਾ ਹੈ ਉਹ ਸਾਨੂੰ ਸਿਖਾਉਂਦਾ ਹੀ ਨਹੀਂ ਹੈ ਕਿ ਅਸੀਂ ਕਿਸੇ ਨਾਲ ਵੈਰ ਵਿਰੋਧ ਕਰੀਏ। ਇਨਸਾਨੀਅਤ ਦਾ ਪਾਠ ਗੁਰੂ ਗ੍ਰੰਥ ਸਾਹਿਬ ਸਾਨੂੰ ਪੜ੍ਹਾਉਂਦੇ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਮਤਲਬ ਹਰ ਪੰਕਤੀ ਦੇ ਵਿੱਚ ਸਾਨੂੰ ਇਨਸਾਨੀਅਤ ਦਾ ਪਾਠ ਮੈਸੇਜ ਗੁਰੂ ਸਾਹਿਬ ਵੱਲੋਂ ਦਿੱਤਾ ਜਾ ਰਿਹਾ। ਵਿਰਦੀ ਫਾਊਂਡੇਸ਼ਨ ਜਿਹੜੀ ਤੁਸੀਂ ਰਨ ਕਰ ਰਹੇ ਹੋ ਹੈ ਨਾ, ਇਹ UK ਤੋਂ ਹੈ, ਇਹਦੇ ਥਰੂ ਜ਼ਿਆਦਾਤਰ ਜਿਹੜੇ ਮੈਂਟਲੀ ਫਿਜ਼ੀਕਲ ਚੈਲੰਜ ਬੱਚੇ ਨੇ ਇਹਨਾਂ ਨੂੰ ਮੈਨੂੰ ਲੱਗਦਾ ਤੁਸੀਂ ਸਾਰਾ ਹੀ ਹੈ ਜੀ, ਅਬਿਊਜ਼ਡ ਵੂਮਨ, ਹਾਂਜੀ, ਅਬਿਊਜ਼ਡ ਚਿਲਡਰਨ, ਇਹਦੇ ਲਈ ਕੁਛ ਤੁਸੀਂ ਮਤਲਬ ਫਾਊਂਡੇਸ਼ਨਸ ਦੇ ਥਰੂ ਕੁਛ ਸਿਲੈਕਟ ਕੀਤੇ ਹੋਏ ਨੇ ਇਹ ਬੱਚੇ, ਵਿਮੈਨਸ ਵਗੈਰਾ, ਉਹ ਕਿੱਥੇ ਨੇ, ਕਿਹੜੀ ਕਿਹੜੀ ਸੋਸਾਇਟੀ ਨੂੰ ਤੁਸੀਂ ਸਪੋਰਟ ਕਰ ਰਹੇ ਹੋ? ਕ੍ਰੋਸ ਦ ਵਰਲਡ ਹੈ ਜੀ, ਕ੍ਰੋਸ ਦ ਵਰਲਡ, ਕ੍ਰੋਸ ਦ ਵਰਲਡ ਹੈ। ਹੁਣ ਦੇਖੋ, ਕੋਂਗੋ ਦੇ ਵਿੱਚ ਸਾਡਾ ਸਕੂਲ ਹੈ ਇੱਕ, ਹਾਂਜੀ, ਜੋ ਅਸੀਂ ਉੱਥੇ ਦੀ ਲੋਕਲ ਚੈਰਿਟੀ ਨੂੰ ਸਪੋਰਟ ਕੀਤਾ, ਹਾਂਜੀ, ਇੱਕ ਗਰਲ ਸਕੂਲ ਹੈ, ਫਿਰ ਆਪਣੇ ਹੋਸਪਿਟਲ ਹੈ ਗੁਜਰਾਤ ਦੇ ਵਿੱਚ ਜਿੱਥੇ ਅਸੀਂ ਸਪੋਰਟ ਕਰਦੇ ਹਾਂ, ਰੈਫਿਊਜ, ਵਿਮੀਨਸ ਰੈਫਿਊਜ, ਜਿੱਥੇ ਲੇਡੀਜ਼ ਅਬਿਊਜ਼ਡ ਹੋਈਆਂ ਫਿਜ਼ੀਕਲੀ ਔਰ ਮੈਂਟਲੀ ਅਬਿਊਜ਼ਡ, ਉਹਨਾਂ ਨੂੰ ਸਪੋਰਟ ਕਰੀਦਾ, ਚਿਲਡਰਨ ਇਨ ਨੀਡ, ਸੋ ਇੱਦਾਂ ਦੀਆਂ ਕਈ ਸੁਸਾਇਟੀਆਂ ਜਿਹਨਾਂ ਨੂੰ ਅਸੀਂ ਸਪੋਰਟ ਕਰੀਦਾ। ਬਿਲਕੁਲ, ਬਹੁਤ ਵਧੀਆ ਤੁਸੀਂ ਦੱਸਿਆ, ਵਿਰਦੀ ਫਾਊਂਡੇਸ਼ਨ ਚਲਾ ਰਹੇ ਹੋ, ਗਲੋਬਲ ਸੇਵਾ ਟਰੱਸਟ ਜਿਹੜਾ ਉਹ ਤੁਸੀਂ ਸਟਾਰਟ ਕਰ ਰਹੇ ਹੋ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ, ਗੁਰੂ ਸਾਹਿਬ ਦੀ ਅਪਾਰ ਕਿਰਪਾ ਤੁਹਾਡੇ ਉੱਤੇ। ਇੱਕ ਮੈਸੇਜ ਮੈਂ ਚਾਹਾਂਗੀ ਸਾਡੇ ਵਿਊਅਰਸ ਜਿਹੜੇ ਇਹ ਸ਼ੋਅ ਦੇਖ ਰਹੇ ਨੇ ਉਹਨਾਂ ਨੂੰ ਕੀ ਦੇਣਾ ਚਾਹੋਗੇ ਕਿ ਉਹ ਵਾਕਈ ਸਿੱਖੀ ਦੇ ਨਾਲ ਜੁੜ ਸਕਣ ਅਤੇ ਅਸਲ ਸਿੱਖ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਬਣਾਇਆ ਸੀ ਅਸੀਂ ਫਿਰ ਉੱਧਰ ਨੂੰ ਮੁੜ ਕੇ ਆਪਣੀ ਉਹ ਵਾਲੀ ਜੀਵਨੀ ਜੀ ਸਕੀਏ, ਉਹ ਲਾਈਫ ਸਟਾਈਲ ਨੂੰ ਫੋਲੋ ਕਰ ਸਕੀਏ? ਦੇਖੋ ਜੀ, ਪਹਿਲਾਂ ਤਾਂ ਮੈਸੇਜ ਇਹੀ ਹੈ ਮੇਰਾ ਸਾਰਿਆਂ ਵਿਊਅਰਾਂ ਨੂੰ, ਜੋ ਇਹ ਚੈਨਲ ਆ, ਰੇਡੀਓ ਸਟੇਸ਼ਨ ਆ, ਆਪਾਂ ਇਹਨਾਂ ਦੀ ਸਪੋਰਟ ਕਰੀਏ। ਇਹ ਇੱਕ ਆਪਣਾ ਮੀਡੀਅਮ ਹੈ, ਇਹ ਆਪਾਂ ਇਸ ਰਿਲੀਜੀਅਸ ਚੈਨਲਾਂ ਨੂੰ ਨਾ ਸਪੋਰਟ ਕਰਾਂਗੇ ਤਾਂ ਇਹ ਹੌਲੀ ਹੌਲੀ ਇਹੀ ਬੰਦ ਹੋ ਜਾਣਗੇ, ਕਰਕੇ ਇਹ ਇਹਨਾਂ ਨੂੰ ਵੀ ਪੈਸੇ ਚਾਹੀਦੇ ਨੇ ਸਿਸਟਮ ਚਲਾਉਣ ਨੂੰ। ਹੁਣ ਸਾਡੇ ਕੀ ਹੁੰਦਾ, ਅਸੀਂ MTV ਦਾ ਸਬਸਕ੍ਰਿਪਸ਼ਨ 6 ਪਾਉਂਡ ਜਾਂ 20 ਰੁਪਈਏ ਜਾਂ 25 ਰੁਪਈਏ ਮਹੀਨੇ 'ਤੇ ਦੇਈ ਜਾਣੇ ਆ, ਅਤੇ ਜਦੋਂ ਕੋਈ ਸਿੱਖੀ ਦਾ ਚੈਨਲ ਆਵੇ ਤਾਂ ਉਹਨਾਂ ਨੇ 1 ਪਾਉਂਡ ਤੁਹਾਨੂੰ ਸਬਸਕ੍ਰਿਪਸ਼ਨ ਮੰਗ ਲਿਆ ਮਹੀਨੇ ਦਾ, ਤੁਸੀਂ ਉਹ ਬੰਦ ਕਰ ਦੇਣਾ। ਇਹ ਨਾ ਕਰੋ, ਇਹ ਚੈਨਲਾਂ ਨੂੰ ਸਪੋਰਟ ਕਰੋ। ਤੁਸੀਂ ਜੇ ਇਸਲਾਮਿਕ ਚੈਨਲ ਦੇਖੋ, ਮੇਰਾ ਖਿਆਲ 350-400 ਇਸਲਾਮਿਕ ਚੈਨਲ ਹੈ, ਜੇ ਤੁਸੀਂ ਸਿੱਖ ਚੈਨਲ ਦੇਖੋ ਪੂਰੀ ਦੁਨੀਆ ਦੇ ਵਿੱਚ, ਮੇਰਾ ਖਿਆਲ 1 ਹੱਥ ਦੇ ਉੱਤੇ ਗਿਣ ਸਕਦੇ ਤੁਸੀਂ, ਵੱਧ ਤੋਂ ਵੱਧ ਦੂਜੀਆਂ 2 ਉਂਗਲਾਂ ਲੈ ਲਾਂਗੇ, 7-8 ਚੈਨਲ ਤੋਂ ਜ਼ਿਆਦਾ ਨੇਗੇ। ਇਹ ਚੀਜ਼ਾਂ ਨੂੰ ਸਪੋਰਟ ਕਰੀਏ, ਜੋ ਸਿੱਖੀ ਨੂੰ ਪ੍ਰਮੋਟ ਕਰਦਾ, ਜੋ ਹਿਊਮੈਨਿਟੀ ਨੂੰ ਰਿਪੋਰਟ ਕਰਦਾ, ਇਹਨਾਂ ਨੂੰ ਆਪਾਂ ਸਪੋਰਟ ਕਰੀਏ। ਬਾਕੀ ਜੋ ਯੂਥ ਹੈ ਉਹਨਾਂ ਨੂੰ ਆਪਾਂ ਵਾਪਸ ਲਿਆਈਏ, ਯੂਥ ਨੂੰ ਰਿਸਪੋਂਸੀਬਿਲਿਟੀ ਦੇਈਏ, ਐਜੂਕੇਸ਼ਨ ਦੇਈਏ, ਦੈਟ ਹਾਓ ਬਿਊਟੀਫੁਲ ਇਜ਼ ਸਿੱਖੀ। ਸੋ ਇਹ ਬਹੁਤ ਜ਼ਰੂਰੀ ਹੈ। ਐਂਡ ਬਾਕੀ ਦੇਖੋ ਜੀ, ਡਰੱਗਸ ਤੋਂ ਬਚੋ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਮੈਸੇਜ ਟੂ ਦ ਯੂਥ, ਕੀਪ ਅਵੇ ਫਰੋਮ ਡਰੱਗਸ।
ਮੈਂ ਇੱਕ 2000 ਦੇ ਵਿੱਚ ਇੱਕ ਇੰਟਰਵਿਊ ਕੀਤੀ ਸੀ ਦੂਰਦਰਸ਼ਨ ਦੇ ਉੱਤੇ। ਹਾਂਜੀ। ਮੈਂ ਉਸ ਟਾਈਮ ਗੱਲ ਕੀਤੀ ਸੀ ਡਰੱਗਸ ਦੀ। ਹਾਂਜੀ। ਅਤੇ ਉਹ ਜਿਹੜੀ ਐਂਕਰ ਸੀ ਉਹ ਵੀ ਮੇਰੇ ਵੱਲ ਦੇਖਦੀ ਸੀਗੀ ਤਾਂ ਇਹਦਾ ਦਿਮਾਗ ਖਰਾਬ ਹੋ ਗਿਆ, ਕੀ ਗੱਲਾਂ ਕਰੀ ਜਾ ਰਿਹਾ। ਮੈਂ ਕਿਹਾ ਪੰਜਾਬ ਦੇ ਵਿੱਚ ਡਰੱਗਸ ਪ੍ਰੋਬਲਮ ਆਉਣੀ ਹੈ, ਇਹਨੂੰ ਕੰਟਰੋਲ ਕਰ ਲਓ। 2000 ਉਹ ਬਹੁਤ ਲੰਬੀ ਸਟੋਰੀ ਆ, ਹੁਣ ਐਤਕੀ ਚਲੋ ਆਪਣਾ ਟਾਈਮ ਨਹੀਂ, ਉਸ ਟਾਈਮ ਦੀ ਮੈਂ ਗੱਲ ਕਰ ਰਿਹਾ ਅਤੇ ਅੱਜ ਦੇਖ ਲਓ ਕੀ ਹਾਲ ਹੈ। ਇੱਕ ਪੂਰੀ ਇੱਕ ਸਾਡੀ ਜਨਰੇਸ਼ਨ ਵਾਈਪ ਆਊਟ ਹੋ ਗਈ ਹੈ। ਬਿਲਕੁਲ। ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਆਪਾਂ ਕੰਟਰੋਲ ਕਰੀਏ। ਬਿਲਕੁਲ। ਬਾਕੀ ਇਹੀ ਮੇਰਾ ਮੈਸੇਜ ਆ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।